ਜਿਹੜੀ ਕੁੜੀ ਆਉਂਦੀ ਸਤਿ ਸ੍ਰੀ ਅਕਾਲ ਲਸ਼ਕਾ ਕੇ ਗੱਡੀਆਂ ਪਟਣੀਆਂ ਨੱਡੀਆਂ ਕੰਮ ਹੈ ਜਨਤਾ ਵੇਲੀ ਦਾ ਪੀਣੇ ਕੇ ਲਈ ਦਾਰੂ ਲਿਆ ਦੋ ਓਕੇ ਰਿਪੋਰਟ ਆ ਨਾ ਜਿਹੜੀ ਆਹ ਚੀਜ਼ ਹੈ ਨਾ ਓਕੇ ਹਾਂਜੀ ਗਾਇਸ ਕਿੱਦਾਂ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਮੇਰੇ ਲਈ ਆ ਤੁਹਾਡੇ ਵਾਸਤੇ ਨਹੀਂ ਕਿਉਂਕਿ ਤੁਹਾਡੇ ਵਾਸਤੇ ਤਾਂ 5:30 ਹੀ ਹੋ ਗਿਆ ਮੇਰੇ ਲਈ ਗੁੱਡ ਮਾਰਨਿੰਗ ਆ ਕਿਉਂਕਿ ਮੈਂ ਬਹੁਤ ਲੇਟ ਉੱਠਦਾ ਅਤੇ ਇਹ ਵੀ ਬਹੁਤ ਲੇਟ ਉੱਠਦੀਆਂ ਫਿਰ ਅਤੇ ਬਾਕੀ ਮਿੱਤਰੋ ਅੱਜ ਦਾ ਵਲੋਗ ਇੱਦਾਂ ਆ ਜੀ ਅੱਜ ਆਪਾਂ ਤੁਹਾਨੂੰ ਚੰਡੀਗੜ੍ਹ ਦੀਆਂ ਕੁਛ ਕੁ ਚੀਜ਼ਾਂ ਐਕਸਪਲੋਰ ਕਰਨ ਲੱਗੀਆਂ ਜਿਵੇਂ ਕਿ ਚੰਡੀਗੜ੍ਹ ਦਾ ਸਟਰੀਟ ਫੂਡ ਜਿੱਥੇ ਸਾਨੂੰ ਵਧੀਆ ਲੱਗਦਾ ਅਤੇ ਬਾਕੀ ਉੱਥੇ ਵੀ ਲੈ ਕੇ ਜਾਵਾਂਗੇ ਅਤੇ ਬਾਕੀ ਤੁਹਾਨੂੰ ਲੈ ਕੇ ਜਾਵਾਂਗੇ ਗੇੜੀ ਰੋਡ 'ਤੇ ਜਿੱਥੇ ਚੰਡੀਗੜ੍ਹ ਦੀਆਂ ਫੇਮਸ ਫੇਮਸ ਜਗ੍ਹਾ ਆ ਗੇੜੀ ਰੋਡ ਦੀਆਂ ਜਿੱਥੇ ਮੋਹਾਲੀ ਦੇ ਵਿੱਚ ਮੁੰਡੇ ਸ਼ਾਮ ਨੂੰ ਤਿਆਰ ਸ਼ਿਆਰ ਹੋ ਕੇ ਕਹਿੰਦੇ ਗੱਡੀ ਦੇ ਰਿਮ ਚਮਕਾ ਕੇ ਗੇੜੀ ਮਾਰਦੇ ਆ ਨਾ ਉੱਥੇ ਤੁਹਾਨੂੰ ਘੁਮਾਵਾਂਗੇ ਅਤੇ ਮਤਲਬ ਕਿ 3B2 ਬਹੁਤ ਨਾਂ ਸੁਣਿਆ ਹੋਣਾ ਤੁਸੀਂ 3B2 ਦਾ ਅਤੇ ਅੱਜ ਸ਼ਾਮ ਨੂੰ ਮੈਂ 5:30 ਹੋ ਗਏ ਆ 6:30-7 ਵਜੇ ਉੱਥੇ ਰੌਣਕ ਹੁੰਦੀ ਆ ਸਭ ਤੋਂ ਪਹਿਲੀ ਗੇੜੀ 3B2 ਮਾਰਨੀ ਆਪਾਂ ਜਾ ਕੇ ਅਤੇ ਤੁਹਾਨੂੰ ਉੱਥੇ ਦਿਖਾਵਾਂਗੇ ਕੀ ਮਾਹੌਲ ਚੱਲ ਆ ਅਤੇ ਕੀ ਪ੍ਰੋਗਰਾਮ ਹੈ ਉੱਥੇ ਹੈ ਨਾ ਉੱਥੇ ਵੀ ਬਹੁਤ ਚੀਜ਼ਾਂ ਖਾਣ ਪੀਣ ਦੀਆਂ ਆ ਪਰ ਉਹ ਤੁਹਾਨੂੰ ਆਪਾਂ ਬਾਰੋ ਬਾਰ ਦਿਖਾ ਦਾਂਗੇ ਜੇ ਤੁਸੀਂ ਉੱਥੇ ਚੀਜ਼ਾਂ ਖਾਣੀਆਂ ਹੋਈਆਂ ਉੱਥੇ ਜਾ ਕੇ ਤੁਸੀਂ ਖਾ ਸਕਦੇ ਹੋ ਅਤੇ ਬਾਕੀ ਉਹ ਤੋਂ ਬਾਅਦ ਦੂਜੀ ਲੋਕੇਸ਼ਨ 'ਤੇ ਚੱਲਾਂਗੇ ਉਹ ਵੀ ਤੁਹਾਨੂੰ ਮੈਂ ਦਿਖਾਊਂਗਾ ਚੰਡੀਗੜ੍ਹ ਦੇ ਵਿੱਚ ਲੋਕ ਕਿੱਥੇ ਗੇੜੀਆਂ ਮਾਰਦੇ ਆ ਮਤਲਬ ਅਲੱਗ ਅਲੱਗ ਜਗ੍ਹਾ ਨੇ ਜਿੱਥੇ ਲੋਕ ਤਿਆਰ ਸ਼ਿਆਰ ਹੋ ਕੇ ਪਹਿਲਾਂ 3B2 ਚੋਂ ਨਿਕਲ ਕੇ ਗੇੜੀ ਮਾਰ ਕੇ ਆਪਣਾ ਕੋਟਾ ਪੂਰਾ ਕਰਕੇ ਫਿਰ ਕਿਸੇ ਦੂਜੀ ਮਾਰਕੀਟ 'ਚ ਕੋਟਾ ਪੂਰਾ ਕਰਕੇ ਇੱਦਾਂ ਘੁੰਮਦੇ ਨੇ ਲੋਕ ਇੱਥੇ ਤਿਆਰ ਸ਼ਿਆਰ ਹੋ ਕੇ ਹੈ ਕੁੜੀਏ ਤੇ ਮੈਂ ਵੀ ਜਵਾਨੀ ਟਾਈਮ ਬਹੁਤ ਘੁੰਮਿਆ ਹੁਣ ਤਾਂ ਮੈਂ ਹੁਣ ਥੋੜੀ ਉਮਰ ਉਦਾਂ ਦੀ ਹੋ ਗਈ ਆ ਹੁਣ ਥੋੜੀਆਂ ਟੈਨਸ਼ਨਾਂ ਸਿਰ ਤੇ ਪੈ ਗਈਆਂ ਖਰਚੇ ਸਿਰ ਤੇ ਪੈ ਗਏ ਤੇ ਤਾਂ ਕਰਕੇ ਇਦਾਂ ਹੋ ਗਿਆ ਤੇ ਬਾਕੀ ਕੋਈ ਨਾ ਮਿੱਤਰੋ ਅੱਜ ਦਾ ਵਲੋਗ ਬਹੁਤ ਘੈਂਟ ਹੋਣ ਵਾਲਾ ਜੁੜੇ ਰਹੋ ਤੁਹਾਨੂੰ ਕੁਝ ਕੁ ਚੀਜ਼ਾਂ ਮਿਲਣਗੀਆਂ ਹੀ ਦੇਖਣ ਨੂੰ ਜੇ ਤੁਸੀਂ ਮਤਲਬ ਕਿ ਕਦੀ ਵੀ ਚੰਡੀਗੜ੍ਹ ਆਉਣਾ ਹੋਇਆ ਘੁੰਮਣ ਤੇ ਤੁਹਾਨੂੰ ਪਤਾ ਲੱਗ ਜੂਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਘੁੰਮਣ ਨੂੰ ਕਿੱਥੇ ਕਿੱਥੇ ਖਾਣ ਨੂੰ ਵਧੀਆ ਮਿਲਦਾ ਅਤੇ ਬਾਕੀ ਜੁੜੇ ਰਹੋ ਵਲੋਗ ਦੇ ਨਾਲ ਮਿੱਤਰੋ ਪਹਿਲਾਂ ਆਪਾਂ ਦੀਪਾਂਸ਼ੂ ਨੂੰ ਚੱਕ ਲਈ ਦੀਪਾਂਸ਼ੂ ਨੂੰ ਚੱਕ ਕੇ ਵੀਡੀਓ ਬਣਾ ਲਈਏ ਅਤੇ ਜਦ ਨੂੰ ਥੋੜ੍ਹਾ ਜਿਹਾ ਹਨੇਰਾ ਜਿਹਾ ਵੀ ਪੈ ਜੂਗਾ ਫਿਰ ਫਾਇਦਾ ਆ ਗੇੜੀ ਮਾਰਨ ਦਾ ਕਿਉਂਕਿ ਧੁੱਪ ਦੇ ਟਾਈਮ ਤਾਂ ਕੋਈ ਉੱਥੇ ਗੇੜੀ ਨਹੀਂ ਮਾਰਦਾ ਬਸ ਲੋਕ ਕੰਮਾਂ ਕਾਰਾਂ ਵਾਲੇ ਹੁੰਦੇ ਆ ਕਿਉਂ ਕੁੜੀਏ ਅਤੇ ਬਾਕੀ ਜੁੜੇ ਰਹੋ ਵਲੋਗ ਦੇ ਨਾਲ ਲਾਈਟਾਂ 'ਚ ਖੜਾ ਲਾਂਡਰਾਂ ਦੀਆਂ ਤੇ ਮਿਲਦੇ ਆ ਅੱਗੇ ਜੀ ਇੱਕ ਸਾਜਨ ਦੇ ਕੁੱਤੇ ਵਰਗਾ ਕੁੱਤਾ ਇੱਥੇ ਵੀ ਬੈਠਾ ਇਹਦਾ ਨਾਂ ਰੱਖਿਆ ਕਹਿੰਦੇ ਕੈਸ਼ ਆਹ ਦੇਖ ਲਓ ਬਾਈ ਜੀ ਬੰਦਾ ਗੱਡੀ 'ਚ ਕੈਸ਼ ਲੈ ਕੇ ਘੁੰਮਦਾ ਹੈ ਚੈੱਕ ਕਰੋ ਕਿਆ ਬਾਤ ਹੈ ਕਿਊਟ ਹੈ ਪਰ ਪ੍ਰੋਪਰ ਜੋ ਵੀ ਲੱਗ ਰਿਹਾ ਤੇ ਲੋ ਜੀ ਲਾਂਡਰਾਂ ਦੀ ਲਾਈਟਾਂ ਆਪਾਂ ਕਰ ਲਈ ਕਰੋਸ ਤੇ ਹੁਣ ਆਪਾਂ ਦੀਪਾਂਸ਼ੂ ਨੂੰ ਚੱਕ ਕੇ ਥੋੜੀ ਗੱਡੀ ਧਵਾਉਣੀ ਆ ਆਪਾਂ ਫਿਰ ਮਿਲਦੇ ਆ ਫਾਈਨਲੀ ਮਿੱਤਰੋ ਦੀਪਾਂਸ਼ੂ ਜੀ ਆ ਚੁੱਕੇ ਨੇ ਹਾਂਜੀ ਜੋ ਜੋਹਾਨੀ ਸਿੰਘ ਅੱਜ ਹੋਰੀ ਉਹ ਸਾਥ ਲੈ ਕੇ ਜਾਂਦੀ ਤੇ ਮਿੱਤਰੋ ਬਸ ਹੁਣ ਆਪਾਂ ਗੱਡੀ ਧਵਾਉਣ ਲੱਗੇ ਆ ਕਿਉਂਕਿ ਗੱਡੀ ਧਵਾਉਣੀ ਤਾਂ ਆ ਕਿਉਂਕਿ ਤੁਹਾਨੂੰ ਪਤਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਸ਼ਾਮ ਨੂੰ ਬੰਦੇ ਗੇੜੀ ਮਾਰਦੇ ਆ ਚੁੱਪ ਕਰ ਇੱਕ ਮਿੰਟ ਜਦੋਂ ਸ਼ਾਮ ਨੂੰ ਬੰਦੇ ਗੇੜੀ ਮਾਰਦੇ ਆ ਰਿਮ ਚਮਕਾ ਕੇ ਮਾਰਦੇ ਤੇ ਆਪਣੀ ਗੱਡੀ ਲਿਸ਼ਕਾ ਕੇ ਗੇੜੀ ਮਾਰਾਂਗੇ ਆਪਾਂ ਪਤਾ ਲੱਗਣਾ ਚਾਹੀਦਾ ਅੰਕੁਸ਼ ਠਾਕੁਰ ਜੀ ਪਤਾ ਲੱਗਣਾ ਚਾਹੀਦਾ ਅੰਕੁਸ਼ ਠਾਕੁਰ ਜੀ ਬੈਕ ਇਨ ਦਾ ਗੇਮ ਆਪਾਂ ਸ਼ਾਮ ਨੂੰ ਤੁਹਾਨੂੰ ਫਲੈਟ ਦਿਲਾ ਦੇਣਾ ਹਾਂਜੀ ਮੈਨੂੰ ਲੱਗਦਾ ਕਿ ਟਾਈਮ ਲੱਗ ਜਾਣਾ ਆ ਪਰ ਕੋਈ ਚੱਕਰ ਨੀ ਆਪਾਂ 15-20 ਮਿੰਟ ਵੇਟ ਕਰ ਲਾਂਗੇ ਥਾਰ ਤੋਂ ਬਾਅਦ ਮੈਨੂੰ ਲੱਗਦਾ ਡਾਇਰੈਕਟ ਆਪਣੀ ਗੱਡੀ ਵਰਨਾ ਦਾ ਨੰਬਰ ਆ ਜੀ ਪਹਿਲਾਂ ਆਪਾਂ ਇਹਨਾਂ ਨੂੰ ਪੁੱਛਦੇ ਆ ਪਹਿਲੇ ਗੱਡੀ ਆਪਣੀ ਵੋਸ਼ ਹੋਣ ਲੱਗੀ ਤੇ ਇੱਧਰ ਕਹਿੰਦੇ ਸ਼ਿਵਾਨੀ ਜੀ ਵੀਡੀਓ ਬਣਾਈ ਜਾਂਦੀ ਆ ਉਹ ਤੋਂ ਬਾਅਦ ਸਿੱਧਾ ਆਪਾਂ ਨਿਕਲੀ ਆਪਣੇ ਗੇੜੀ ਰੂਟ ਤੇ ਉਹ ਗੱਡੀ ਆਪਣੀ ਹੋ ਗਈ ਵੋਸ਼ ਤੇ ਬਸ ਉੱਪਰ ਕੱਪੜਾ ਵੱਜਣਾ ਤੇ ਅੰਦਰੋਂ ਥੋੜੀ ਵੈਕਿਊਮ ਹੋਣੀ ਆ ਤੇ ਮੈਂ ਗਿਆ ਉਹ ਤੋਂ ਬਾਅਦ ਜਿਹੜੀ ਗੇੜੀ ਆਪਾਂ ਵੀ ਮਾਰਨੀ ਮਾਰਕੀਟ ਦੇ ਵਿੱਚ ਸਵਾਦ ਹੀ ਆ ਜਾਣਾ ਤੇ ਇੱਧਰ ਮੈਂ ਗਿਆ ਸ਼ੂਟ ਚੱਲੀ ਜਾਂਦਾ ਫੋਟੋ ਸ਼ੂਟ ਆ ਹੋਏ ਹੋਏ
ਪਹਿਲੀ ਮਿੱਤਰੋ ਆਪਾਂ ਗੱਡੀ ਧਵਾਲੀ ਆ ਤੇ ਗੱਡੀ ਧਵਾਲੀ ਉਤੋਂ ਟਾਈਮ ਵੀ ਕਹਿੰਦੇ ਗੇੜੀ ਦਾ ਹੋ ਗਿਆ ਆ ਤੇ ਬਸ 6:30 ਹੋ ਗਈ। ਜੇ ਆਪਾਂ ਅੱਧਾ ਘੰਟਾ ਹੋਰ ਕਿਤੇ ਖੜ ਖੁੜ ਜਾਈਏ ਤਾਂ ਥੋੜਾ ਮਾਹੌਲ ਜ਼ਿਆਦਾ ਦਿਖ ਜੂ, ਪਰ ਆਪਾਂ ਕੋਈ ਨਹੀਂ, ਆਪਾਂ ਤੁਹਾਨੂੰ ਉੱਦਾਂ ਦਿਖਾ ਦਈਏ। ਉੱਥੇ ਮਾਹੌਲ ਤਾਂ ਚਾਲੂ ਹੋ ਹੀ ਗਿਆ ਹੋਣਾ, ਮਾੜਾ ਮੋਟਾ ਗੇੜੀ ਗੁੜੀ ਤਾਂ ਚੱਲ ਹੀ ਪਈ ਹੋਣੀ ਆ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਮਿੱਤਰੋ ਜਿੱਦਾਂ ਵੀ ਹੋਇਆ ਤੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ। ਉਹ ਤੋਂ ਬਾਅਦ ਆਪਾਂ ਕੁਝ ਖਾਣੇ ਪੀਣੇ ਆ ਤੇ ਅੱਜ ਫੂਡ ਵੀ ਤੁਹਾਨੂੰ ਖਵਾਉਂਗਾ, ਫੂਡ ਵੀ ਤੁਹਾਨੂੰ ਉੱਥੇ ਦਿਖਾਵਾਂਗੇ। 3B2 ਚ ਕਿਹੜਾ ਸਪੈਸ਼ਲ ਕੀ ਖਵਾਉਂਗਾ? ਤੋ ਸਪੈਸ਼ਲ ਉਧਰ ਜਾ ਕੇ ਦੇਖਣਾ, ਸਪੈਸ਼ਲ ਆਪਣੇ ਉੱਥੇ ਖਾ ਕੇ ਆਨੇ ਵੇ। ਬੰਬੇ ਵਾਲੇ ਦੇ ਤੋਸ਼ੀ ਵਾਲੇ ਦੇ ਜਾਣਾ ਆਪਾਂ, ਤੋਸ਼ੀ ਵਾਲੇ ਮਸ਼ਰੂਮ ਡੁਪਲੈਕਸ ਖਾਣੇ ਆ, ਸਾਰਾ ਤੁਹਾਨੂੰ ਦਿਖਾਵਾਂਗੇ ਮਿੱਤਰੋ। ਬਸ ਜੁੜੇ ਰਹੋ ਵਲੌਗ ਦੇ ਨਾਲ। ਸਭ ਤੋਂ ਪਹਿਲਾਂ ਆਪਾਂ 3B2 ਚੱਲੇ ਆ। 3B2 ਦੇ ਵਿੱਚ ਕੀ ਫੇਮਸ ਆ, ਕੀ ਹਿਸਾਬ ਕਿਤਾਬ ਆ, ਤੁਹਾਨੂੰ ਸਾਰਾ ਕੁਝ ਦਿਖਾਊਂਗਾ। ਕੀ ਲੋਕੀ ਗੇੜੀ ਮਾਰਦੇ ਆ ਤੇ ਬਾਕੀ ਜ਼ਿਆਦਾਤਰ ਤਾਂ ਮੰਡੀਰ ਨੂੰ ਪਤਾ ਹੀ ਆ ਸਾਰਾ ਕੁਝ। ਬਾਕੀ ਜਿਹੜੇ ਬੰਦੇ ਕਦੀ ਚੰਡੀਗੜ੍ਹ ਆਏ ਨਹੀਂ ਹੈਗੇ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ 3B2 ਕੀ ਮਾਹੌਲ ਆ, ਮੈਂ ਉਹਨਾਂ ਵਾਸਤੇ ਵਲੌਗ ਬਣਾਉਣ ਲੱਗਾ ਕਿ ਉਹਨਾਂ ਨੂੰ ਵੀ ਬਾਈ ਪਤਾ ਲੱਗੇ ਘਰੇ ਬੈਠੇ ਕਿ 3B2 'ਚ ਚੱਲ ਕੀ ਰਿਹਾ। ਜੁੜੇ ਰਹੋ ਵਲੌਗ ਦੇ ਨਾਲ ਮਿੱਤਰੋ। ਮਿੱਤਰੋ ਤੇ ਆਪਾਂ ਐਂਟਰੀ ਕਰ ਲਈ ਆ ਜੀ ਮੋਹਾਲੀ ਦੀ ਫੇਮਸ ਮਾਰਕੀਟਾਂ ਦੇ ਵਿੱਚ। ਇਹ 3B1 ਆ, ਇਹ ਤੋਂ ਅੱਗੇ ਕਹਿੰਦੇ 3B2 ਆ ਤੇ ਉੱਥੇ ਵੀ ਤੁਹਾਨੂੰ ਦਿਖਾਉਣਾ। ਇੱਥੇ ਵੀ ਮਾਰਕੀਟਾਂ ਬਹੁਤ, ਇੱਦਾਂ ਦੇਖੋ ਕਿਸੇ ਨੇ ਫੁੱਲ ਫਲ ਲੈਣੇ ਇੱਧਰ ਨੂੰ, ਕਿਸੇ ਨੇ ਮੋਬਾਈਲਾਂ ਦਾ ਕੰਮ ਕਰਾਉਣਾ, ਮੋਟਰ ਬਾਈਕ ਮੋਟਰਸਾਈਕਲ ਜਿਹੜੇ ਸਾਰੇ ਕੰਮ ਇੱਥੇ ਹੁੰਦੇ ਆ। ਬਾਕੀ ਚਲੋ ਹੁਣ 3B2 'ਚ ਜਿਹੜੀਆਂ ਗੇੜੀਆਂ ਮਾਰਨ ਜਾਂਦੇ ਇੱਥੇ ਲੋਕੀ, ਉਹ ਦਿਖਾਉਣਾ ਤੁਹਾਨੂੰ। ਤੇ ਹਰ ਤਰ੍ਹਾਂ ਦਾ ਬ੍ਰਾਂਡ ਇੱਥੇ ਤੁਹਾਨੂੰ ਸਾਰਾ ਕੁਝ ਮਿਲੂਗਾ, ਹਰ ਚੀਜ਼ ਹਰ ਚੀਜ਼। ਇਹਨੂੰ ਕਹਿੰਦੇ ਆ ਚੰਡੀਗੜ੍ਹ ਦੀ ਲਗਜ਼ਰੀ ਲਾਈਫ ਕਹਿੰਦੇ ਇੱਥੇ ਪਰ ਠੀ ਮੋਹਾਲੀ ਦੀ ਮੋਹਾਲੀ। ਹੁਣ ਅੱਗੇ ਹੋਰ ਦਿਖਾਉਣਾ ਤੁਹਾਨੂੰ ਮੇਨ ਮਾਰਕੀਟ 'ਚ ਜਾਣਾ ਆਪਾਂ, ਕੋਈ ਇਹ ਮਾਰਕੀਟ 'ਚ ਵੀ ਲੋਕੀ ਘੁੰਮਦੇ ਫਿਰਦੇ ਬਹੁਤ ਆ, ਪਰ ਜਿਹੜੀ ਮੇਨ ਮਾਰਕੀਟ ਆ ਜਿੱਥੇ ਮੁੰਡੇ ਕੁੜੀਆਂ ਮਗਰ ਕੁੜੀਆਂ ਮੁੰਡੇ ਮਗਰ ਗੇੜੀਆਂ ਮਾਰਦੀਆਂ, ਉਹ ਮਾਰਕੀਟ 'ਚ ਤੁਹਾਨੂੰ ਲੈ ਕੇ ਚੱਲਾਂ ਆ। ਅਤੇ ਅੱਜ ਮੇਰੀ ਤਾਂ ਗੇੜੀ ਵੱਜਣੀ ਨਹੀਂ ਕਿਉਂਕਿ ਮੇਰੇ ਨਾਲ ਇਹ ਆਈ ਹੋਈ ਆ। ਬਸ ਆਪਾਂ ਨਾਲੇ ਗੱਡੀ 'ਚ ਬਹਿ ਗਏ। ਹੋਰ ਮੈਂ ਤਾਂ ਬਹੁਤ ਜਵਾਨੀ ਇੱਥੇ ਹੀ ਗਾਲੀ ਆਪਣੀ ਤੇ ਬਾਕੀ ਕੋਈ ਚੱਕਰ ਨਹੀਂ। ਮਿੱਤਰੋ ਗੱਡੀ 'ਚ ਬਹਿ ਕੇ ਘੁੰਮਾਉਣਾ ਤੁਹਾਨੂੰ ਸਾਰਾ ਮੈਂ, ਕਿਉਂਕਿ ਗੱਡੀ ਤੋਂ ਬਾਹਰ ਨਹੀਂ ਨਿਕਲਣਾ ਕਿਉਂਕਿ ਹੁਣ ਸਲਾਹ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਇੱਦਾਂ 3B2 'ਚ ਇੱਦਾਂ ਘੁੰਮਣਾ ਹੈ ਨਾ। ਅਤੇ ਬਾਕੀ ਚਲੋ ਹੁਣ ਅੱਗੇ ਬਾਕੀ ਤੁਹਾਨੂੰ ਉੱਥੇ ਉਹ ਵੀ ਦਿਖਾਵਾਂਗੇ ਖਾਣ ਵਾਲੀ ਮਾਰਕੀਟ, ਖਾਣ ਪੀਣ ਵਾਲੀ ਮਾਰਕੀਟ ਜੇ ਤੁਸੀਂ ਵੀ ਆਉਣਾ 3B2 ਗੇੜੀ ਮਾਰਨ, ਫਿਰ ਖਾਣ ਪੀਣ ਵਾਲੀ ਮਾਰਕੀਟ ਕਿੱਥੇ ਉਹ ਵੀ ਤੁਹਾਨੂੰ ਦੱਸੋ। ਫਾਈਨਲੀ ਮਿੱਤਰੋ ਆ 3B2 ਨੂੰ ਆਪਾਂ ਅੰਦਰ ਵੜਨ ਲੱਗੇ ਹਾਂ ਅਤੇ ਓਏ ਹੋਏ ਇੱਥੇ ਦੇਖੋ, ਇੱਥੇ ਹਰ ਤਰ੍ਹਾਂ ਦੀ ਸੁਵਿਧਾ ਵੀ ਹੈਗੀ ਆ। ਪੁਲਿਸ ਨਾਕਾ ਰੋਜ਼ ਲੱਗਦਾ ਕਿਉਂਕਿ ਹੁੱਲੜਬਾਜੀ ਇੱਥੇ ਬਹੁਤ ਜ਼ਿਆਦਾ ਹੁੰਦੀ ਆ, ਹਲੇ ਮਾਹੌਲ ਹੈ ਨਹੀਂ ਕਿਉਂਕਿ ਹਲੇ ਸਾਰੇ 6:30 ਵੱਜ ਗਏ 7:15, ਨਹੀਂ ਤਾਂ ਮੈਂ ਤੁਹਾਨੂੰ ਉੱਦਾਂ ਸਾਰਾ ਘੁੰਮਾਉਣਾ। ਇਹ ਦੇਖੋ ਐਂਟਰੀ ਆ 3B2 ਦੀ, ਅਤੇ ਕਿਉਂਕਿ 8-9 ਵਜੇ ਜ਼ਿਆਦਾ ਇੱਥੇ ਰੌਣਕ ਹੁੰਦੀ ਆ ਕਿਉਂਕਿ 9 ਵਜੇ ਤੋਂ ਲੋਕੀ ਇੱਥੇ ਆਉਣਾ ਸ਼ੁਰੂ ਹੋ ਜਾਂਦੇ ਗੇੜੀਆਂ ਮਾਰ। ਕਿੱਦਾਂ ਗੇੜੀਆਂ ਮਾਰਦੇ ਹੋ ਤੁਹਾਨੂੰ ਮੈਂ ਸਾਰਾ ਦਿਖਾਊਂਗਾ। ਅਤੇ ਆਹ ਮਾਰਕੀਟ ਆ KFC, ਇੱਥੋਂ ਤੁਸੀਂ KFC ਖਾ ਸਕਦੇ ਹੋ, ਇਹ ਵੀ 3B2 'ਚ ਮਸ਼ਹੂਰ ਆ KFC। ਅਤੇ ਬਾਕੀ ਮਿੱਤਰੋ ਇੱਥੇ ਨਾਕਾ ਚੌਂਕ ਦੇ ਵਿੱਚ ਪੁਲਿਸ ਖੜਦੀ ਆ ਕਿਉਂਕਿ KFC ਦੇ ਮੂਹਰੇ, ਹਾਂ KFC ਦੇ ਮੂਹਰੇ, ਕਿਉਂਕਿ ਜਦੋਂ ਜ਼ਿਆਦਾ ਗੱਡੀਆਂ ਘੁੰਮਣ ਲੱਗ ਜਾਂਦੀਆਂ, ਜ਼ਿਆਦਾ ਹੁੱਲੜਬਾਜੀ ਹੁੰਦੀ, ਜਿਹੜੀ ਇੱਕ ਗੱਡੀ 4-4, 5-5 ਵਾਰ ਗੇੜੀ ਮਾਰ ਦਿੰਦੀ ਆ, ਉਹ ਗੱਡੀਆਂ ਨੂੰ ਰੋਕਿਆ ਜਾਂਦਾ ਇੱਥੇ, ਹੈ ਨਾ। ਅਤੇ ਬਾਕੀ ਆਹ ਦੇਖੋ ਅੱਗੇ ਦਿਖਾਵਣ ਆਇਆ ਮੇਰਾ ਭਰਾ। ਸੋ ਇੱਥੋਂ ਦੀ ਇੱਦਾਂ ਗੱਡੀ ਘੁੰਮਾਉਂਦੇ ਆ ਲੋਕੀ, ਸਾਰੀਆਂ ਗੱਡੀਆਂ ਘੁੰਮਾ ਘੁੰਮੂ ਕੇ ਕੱਪੜੇ ਕਈ ਵਾਰ ਅਸੀਂ ਇੱਥੋਂ ਵੀ ਲੈ ਲਈਦੇ ਆ ਦਾ ਪਬਲਿਕ ਵਾਲਿਆਂ ਤੋਂ। ਅਤੇ ਆਹ ਚੈੱਕ ਕਰੋ, ਇਹ 3B2 ਦੀ ਮਾਰਕੀਟ ਆ ਮਿੱਤਰੋ, 3B2 ਦੀ, ਅਤੇ ਸਾਰੇ ਸਟੋਰ ਬਣਿਆ ਕੱਪੜਿਆਂ ਦੇ, ਮਹਿੰਗੇ ਮਹਿੰਗੇ ਜਿੱਥੋਂ ਕੱਪੜੇ ਮਿਲਦੇ। ਅਤੇ ਬਸ ਇੱਦਾਂ ਘੁੰਮੀ ਚੱਲੋ, ਕੁੜੀਆਂ ਦੇਖੀ ਚੱਲੋ। ਦੇਖੋ ਆਹ ਮੁੰਡੇ ਖੜ ਗਏ ਆ ਸਾਹਮਣੇ, ਦਿਖਾਓ ਕੁੜੀਆਂ ਖੜ ਗਈਆਂ ਆ, ਟਾਈਮ ਹੋ ਗਿਆ ਆ ਬਸ ਗੇੜੀਆਂ ਦਾ, ਰੋਂਡੀ ਵੱਜਣ ਲੱਗ ਜਾਣੀਆਂ ਹੋਰ ਅੱਧੇ ਪੌਣੇ ਘੰਟੇ ਤੱਕ। ਕਈਆਂ ਨੇ ਤਾਂ ਆਪਣੀਆਂ ਗੱਡੀਆਂ ਇੱਥੇ ਲਾ ਲਈਆਂ ਆ ਤੇ ਗੱਡੀਆਂ ਲਾ ਕੇ ਬਸ ਉਹਨਾਂ ਨੇ ਟਰੈਕਿੰਗ ਕਰਨੀ ਆ, ਜਿੱਦਾਂ ਟਰੁੰਡਾ ਆ ਹੈ ਟਰੈਕਿੰਗ ਕਰਨੀ, ਇੱਥੋਂ ਟਰੈਕਿੰਗ ਸ਼ੁਰੂ ਆ KFC ਤੋਂ, ਸ਼ੁਰੂ ਹੋ ਜਾਣੀ ਆ ਟਰੈਕਿੰਗ KFC ਤੋਂ ਸਿੱਧਾ ਉਹ ਤੇ ਟਰੈਕਿੰਗ ਬਸ ਇੱਥੋਂ ਸ਼ੁਰੂ ਹੋ ਜਾਣੀ ਆ ਟਰੈਕਿੰਗ, ਇਦਾਂ ਚੱਲੀ ਜਾਣੀ ਆ। ਦੇਖੋ ਸਾਰਾ ਕੀ ਮਾਹੌਲ ਚਾਲ ਆ ਮਿੱਤਰੋ, ਕਿਆ ਬਾਤ ਆ ਹੈ। ਤੇ ਬਸ ਇੱਥੋਂ ਦੀ ਗੱਡੀ ਫਿਰ ਇੱਧਰ ਨੂੰ ਜਾਊਗੀ, ਜਿਹੜੇ ਮੁੰਡੇ ਗੱਡੀਆਂ 'ਚ ਗੇੜੀਆਂ ਮਾਰਦੇ ਨਾ ਗਾਣੇ ਉੱਚੀ ਛੱਡ ਕੇ ਬੇਸਾਂ ਛੱਡ ਕੇ,
ਫਿਰ ਉਹਨਾਂ ਨੇ ਗੱਡੀ ਇੱਧਰ ਨੂੰ ਪਾ ਲੈਣੀ ਆ, ਜਿਹੜੀ ਕੁੜੀ ਆਉਂਦੀ ਸਤਿ ਸ੍ਰੀ ਅਕਾਲ ਜਿਹੜੀ ਇਹਨੇ ਯੈਸ ਕਰਤੀ ਤੇ ਇੱਧਰੋਂ ਵੀ ਯੈਸ ਆ ਕੱਪੜਿਆਂ ਦੀ ਮਾਰਕੀਟਾਂ ਸਾਰਾ ਕੁਛ ਬਾਈ ਇੱਥੇ ਆ, ਖਾਣ ਪੀਣ ਦਾ ਦਾਣਾ ਪਾਣੀ ਢਾਬਾ ਆ ਗਿਆ ਤੇ ਹੋਰ ਤੁਹਾਨੂੰ ਅੱਗੇ ਅੱਗੇ ਜਿਹੜੇ ਜਿਹੜੇ ਦਿਖਾਣ ਦਿਖਾਈ ਜਾਵਾਂਗੇ। ਤੇ ਮਿੱਤਰੋ ਕਿਆ ਬਾਤ ਆ, ਹੈ ਬਸ ਇੱਥੋਂ ਦੀ ਏਦਾਂ ਹੀ ਗੇੜੀ ਘੁੰਮਣੀ ਆ, ਹੁਣ ਇੱਥੋਂ ਗੱਡੀ ਆਪਾਂ ਯੂ ਟਰਨ ਲੈ ਲੈਣੀ ਆ, ਫੇਰ ਏਦਾਂ ਘੁੰਮ ਲੈਣਾ। ਹਲੇ ਮਾਹੌਲ ਇੱਥੇ ਬਣਿਆ ਨੀ ਹੈਗਾ, ਮਾਹੌਲ ਬਣਦਾ ਟਾਈਮ ਹੋਇਆ ਨੀ। ਆ ਕਟਾਣੀ ਨੋਨ ਵੈਜ ਵੈਜ ਸਾਰਾ ਕੁਛ ਇੱਥੇ ਆ, ਤੇ ਬਾਕੀ ਇਹਦੀ ਜਿਹੜੀ ਖਾਣ ਪੀਣ ਦੀ ਮਾਰਕੀਟ ਆ, ਜਿਹੜਾ ਸਟਰੀਟ ਫੂਡ ਆ, ਜਿਹੜਾ ਸਟਰੀਟ ਫੂਡ ਆ ਜਿਹੜਾ ਉਹਦਾ ਇੱਥੇ ਨੀ ਮਿਲਦਾ, ਉਹ ਅਗਲੀ ਮਾਰਕੀਟ ਚ, ਉੱਥੇ ਵੀ ਤੁਹਾਨੂੰ ਲੈ ਕੇ ਚੱਲਦਾ ਜੇ ਦਿਲ ਕੀਤਾ ਕੁਛ ਖਾਵਾਂਗੇ। ਤੇ ਬਾਕੀ ਹਲੇ ਰੁਕ ਜਾ, ਪਹਿਲਾਂ ਘੁਮਾ ਤਾਂ ਦੇਵਾਂ, ਮੈਂ ਦੱਸ ਦੇਵਾਂ ਜਨਤਾ ਨੂੰ ਕਿ ਜਨਤਾ ਇੱਥੇ ਕੀ ਕਰਦੀ ਆ। ਇੱਥੋਂ ਯੂ ਟਰਨ ਲੈ ਲੈਣੀ ਗੱਡੀ, ਇੱਧਰ ਤੱਕ ਤਾਂ ਗੱਡੀਆਂ ਆਉਂਦੀਆਂ ਨੀ ਹੈਗੀਆਂ ਮਿੱਤਰੋ, ਬਸ ਗੱਡੀ, ਕਿਉਂਕਿ ਉੱਥੇ ਯੂ ਟਰਨ ਲੈ ਜਾਂਦੀਆਂ ਨੇ ਤਾਂ ਇੱਥੋਂ ਗੱਡੀ ਏਦਾਂ ਯੂ ਟਰਨ ਲੈਣੀ ਪੈਂਦੀ ਆ, ਉੱਥੇ ਦੂਜਾ ਰੋਡ ਬਣਿਆ ਇੱਦਾਂ ਸਿੰਧੀ ਸਵੀਟ ਤੋਂ ਇੱਥੋਂ ਵੀ ਯੂ ਟਰਨ ਹੁਣ ਆਉਣ ਲੱਗ ਗਿਆ, ਜਾਣ ਲੱਗ ਗਿਆ ਨਾ ਮਿੱਤਰੋ, ਬਸ ਇੱਥੇ ਗਾਣੇ ਉੱਚੀ ਛੱਡ ਕੇ ਆਹੀ ਕੰਮ ਚੱਲੀ ਜਾਣਾ ਪੌਣੇ ਢਾਈ ਤਿੰਨ ਘੰਟੇ। ਹਾਂ ਆਉਂਦੀਆਂ ਸਕੂਟਰੀ ਤੇ ਆ ਕੁੜੀਆਂ ਵੀ, ਇਹਨੇ ਜਾਣ ਜ਼ਰੂਰੀ ਨੀ ਕਿ ਕਈ ਕੰਮ ਵੀ ਆਉਂਦੇ ਆ, ਪੈ ਸਮਝੀਏ ਇੱਥੇ ਰੋਂਡੀਓ ਹੀ ਵੱਜੀ ਜਾਂਦੀ ਆ, ਕਈ ਕੰਮ ਵੀ ਆਉਂਦੇ, ਖਾਣ ਪੀਣ ਵੀ ਆਉਂਦੇ ਆ ਕੁਛ, ਕਈ ਕੁੜੀਆਂ ਖਾਣ ਪੀਣ ਵੀ ਆਉਂਦੀਆਂ, ਮੁੰਡੇ ਖਾਣ ਪੀਣ ਵੀ ਆਉਂਦੇ ਆ। ਹੁਣ ਆ ਦੇਖੋ ਫੇਰ ਇੱਥੋਂ ਏਦਾਂ ਗੱਡੀ ਘੁੰਮ ਜਾਣੀ, ਗਾਣੇ ਛੱਡੇ ਹੋਣੇ ਉੱਚੀ ਉੱਚੀ, ਫੇਰ ਗੱਡੀ ਘੁੰਮ ਗਈ। ਆ ਦੇਖੋ ਆ ਦੇਖੋ ਗੱਡੀ ਚੈੱਕ ਕਰਾ ਜਨਤਾ ਨੂੰ, ਪੂਰੀਆਂ ਲਿਸ਼ਕਾ ਕੇ ਗੱਡੀਆਂ ਲਿਸ਼ਕਾ ਕੇ ਗੱਡੀਆਂ ਪਟਣੀਆਂ ਨੱਡੀਆਂ, ਕੰਮ ਹੈ ਜਨਤਾ ਵੇਲੀ ਦਾ। ਘੁੰਮਣ ਨੂੰ ਜਮਾ ਦਿਲ ਨੀ ਕਰਦਾ ਹੁੰਦਾ, ਤੇ ਬਸ ਗੱਡੀਆਂ ਅੱਗੇ ਵੀ ਦੋ ਹੋਰ ਲੱਗ ਗਈਆਂ, ਤੇ ਸਭ ਤੋਂ ਥਾਰਾ ਮੈਂ ਕਹਿੰਦਾ ਥਾਰਾ ਹੀ ਘੁੰਮਦੀਆਂ ਇੱਥੇ ਜ਼ਿਆਦਾਤਰ, ਤਾਂ ਥਾਰਾਂ ਫੋਰਚੂਨਰਾਂ ਗੱਡਖਾਨੇ, ਇੱਕ ਤੋਂ ਇੱਕ ਗੱਡਖਾਨਾ ਇੱਥੇ ਘੁੰਮਦਾ। ਓਜਲਾ ਜੀ ਉਹ ਆਪਣੇ ਜਿਹੜੇ ਪੋਡਕਾਸਟ ਕਰਦੇ ਵੀਰ ਜੀ ਮਿਲੇ ਆਪਾਂ ਨੂੰ, ਹੱਥ ਮਾਰਿਆ ਆਪਾਂ ਨੂੰ ਥਾਰ ਦੇ ਵਿੱਚ ਬੈਠੇ ਸੀ, ਪਰ ਉਦਾਂ ਆਪਾਂ ਕਦੀ ਉਹਨਾਂ ਨੂੰ ਬਾਈ ਉਹਨਾਂ ਨੂੰ ਮਿਲੇ ਨੀ ਹੈਗੇ, ਪਰ ਮੈਨੂੰ ਲੱਗਿਆ ਕਿ ਬਾਈ ਹੁਣੀ ਉਹੀ ਆ, ਪਤਾ ਨੀ ਬਾਕੀ, ਤੇ ਬਾਈ ਹੁਣਾਂ ਨੂੰ ਵੀ ਛੇਤੀ ਮਿਲਾਂਗੇ ਆਪਾਂ। ਤੇ ਬਾਕੀ ਚਲੀਏ ਮਿੱਤਰੋ, ਹੁਣ ਆਪਾਂ ਦੱਤ ਆ ਵੀ ਨਵਾਂ ਖੁੱਲਿਆ 3B2 ਢਾਬਾ ਦੂਜਾ, ਮਤਲਬ ਪਹਿਲਾਂ ਉਹਨਾਂ ਦਾ ਉਹ ਆ 3B ਸਪੋਰਟ ਵਾਲਾ, ਤੇ 3B2 ਢਾਬਾ ਆ ਖੁੱਲਿਆ। ਤੇ ਬਾਕੀ ਹੁਣ ਆਪਾਂ ਚੱਲਦੇ ਆ ਸਟਰੀਟ ਫੂਡ 3B2 ਦਾ, ਜਿੱਥੇ ਮਸ਼ਹੂਰ ਆ ਅਗਲੀ ਮਾਰਕੀਟ। ਅਗਲੀ ਮਾਰਕੀਟ ਇਹ ਤੋਂ ਅਗਲੀ ਮਾਰਕੀਟ ਦੇ ਵਿੱਚ ਯਾਦ ਰੱਖਿਓ ਬਾਬੇ, ਉਹ ਤੋਂ ਅਗਲੀ ਮਾਰਕੀਟ ਦੇ ਵਿੱਚ ਸਭ ਕੁਛ ਖਾਣ ਨੂੰ ਮਿਲਦਾ, ਜੋ ਮਰਜ਼ੀ ਖਾ ਵੀ ਲਿਓ ਤੁਸੀਂ। ਆ ਬਾਹਰੋਂ ਮਾਹੌਲ ਚੈੱਕ ਕਰੋ ਬਾਬਿਓ, ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੇ ਹਾਂ ਉਹਦੀ ਅਗਲੀ ਮਾਰਕੀਟ ਦੇ ਵਿੱਚ। ਤੇ ਅਗਲੀ ਮਾਰਕੀਟ ਦੇ ਵਿੱਚ ਸਾਰਾ ਸਟਰੀਟ ਫੂਡ ਮਿਲਦਾ, ਜੋ ਮਰਜ਼ੀ ਖਾਇਓ ਪੀਓ, ਉੱਥੇ ਵੀ ਰੌਣਕ ਮੇਲਾ, ਇੱਥੋਂ ਹੀ ਸ਼ੁਰੂ ਹੋ ਗਿਆ, ਦਿਖਾ ਦੇ ਇੱਥੋਂ ਦਿਖਾ ਸਾਰੀ ਮਾਰਕੀਟ। ਆਹ ਦੇਖੋ ਜੀ ਸਾਰਾ ਕੁਛ ਖਾਣ ਨੂੰ ਤੁਹਾਨੂੰ ਮਿਲੂਗਾ, ਪਰ ਜਦੋਂ ਵੀ ਤੁਸੀਂ ਇੱਥੇ ਆਉਣਾ ਹੋਇਆ, ਸਭ ਤੋਂ ਮਸ਼ਹੂਰ ਇੱਥੇ ਸਾਲੀ ਇੱਕੋ ਹੀ ਚੀਜ਼ ਆ, ਪਾਓ ਭਾਜੀ ਬੰਬੇ ਵਾਲਿਆਂ ਦੀ। ਪਾਓ ਭਾਜੀ ਹੈਨਾ, ਬੰਬੇ ਵਾਲਿਆਂ ਦੀ ਪਾਓ ਭਾਜੀ ਆ। ਹੁਣ ਮੈਂ ਕਹਿੰਦਾ ਜੇ ਤੁਸੀਂ ਖਾਣੀ ਆ ਤੇ ਦੋ ਕੁ ਪਲੇਟਾਂ ਲਵਾ ਲੈਂਦੇ ਆ, ਹੈਨਾ, ਰਲ ਮਿਲ ਕੇ ਖਾਂਦੇ ਆ,
ਉਹ ਤੋਂ ਬਾਅਦ ਆਪਾਂ ਫੇਰ ਅਗਲੀ ਮਾਰਕੀਟ ਚ ਵੀ ਕੁਛ ਖਾਵਾਂਗੇ ਜਿੱਥੇ ਗੇੜੀ ਮਾਰਨ ਜਾਣੀ ਆ ਉਹ ਤੋਂ ਅਗਲੀ ਮਾਰਕੀਟ ਚ ਵੀ ਕੁਛ ਖਾਵਾਂਗੇ ਥੋੜਾ ਥੋੜਾ ਖਾ ਖਾ ਕੇ ਢਿੱਡ ਭਰ ਕੇ ਗੁਜ਼ਾਰਾ ਕਰਕੇ ਦਿਹਾੜੀ ਪਾ ਕੇ ਸੋਵਾਂਗੇ। ਰਾਜੂ ਚਾਈਨੀਜ਼ ਫੂਡ ਬੰਬੇ ਸਪੈਸ਼ਲ ਪਾਓ ਭਾਜੀ ਕੀ ਡੰਪਲਿੰਗ ਫੂਡ ਅੱਗੇ ਮੈਨੂੰ ਪੜ੍ਹਨਾ ਨਹੀਂ ਆ ਰਿਹਾ ਸੱਚੀ ਤੈਨੂੰ ਜਾ ਕੇ ਬਾਬਾ ਗੱਡੀ ਉੱਥੇ ਕਹਿ ਕੇ ਆਉਣਾ ਪੈਣਾ ਗੱਡੀ ਚ ਫੜਾ ਜਾ। ਚੱਲ ਦੋਨੋ ਚਲਦੇ ਆ, ਮੈਂ ਨੀ ਜਾਣਾ, ਮੈਂ ਨਾਲੇ ਵਲੌਗ ਕੱਢਦੇ ਚਲਦੇ ਆ। ਨਹੀਂ ਤੂੰ ਵਲੌਗ ਕੱਢੇ ਜੀ ਇਧਰ ਆ ਗਏ ਹਮ ਪਾਓ ਭਾਜੀ ਖਾਣੇ ਬੰਬੇ ਸਪੈਸ਼ਲ ਪਾਓ ਭਾਜੀ ਅੰਕੁਸ਼ ਚਲਾ ਗਿਆ ਆਰਡਰ ਦੇਣੇ ਆਰਡਰ ਦੇ ਕੇ ਹਮ ਲੋਕ ਆ ਗਏ ਫਿਰ ਸੇ ਗਾੜੀ ਪੇ ਕਿਉਂਕਿ ਗਾੜੀ ਪੇ ਹਮਨੇ ਬੋਲਾ ਕਿ ਗਾੜੀ ਪੇ ਪਹੁੰਚਾ ਦਿਓ ਹਮਾਰੀ ਪਾਓ ਭਾਜੀ ਉਹ ਹੈ ਉਧਰ ਹਮਾਰੀ ਬੰਬੇ ਸਪੈਸ਼ਲ ਪਾਓ ਭਾਜੀ ਉਸਤਾਦ ਜੀ ਬੈਠ ਕੇ ਗਾੜੀ ਪੇ ਅਬ ਮੇਰੀ ਬਾਰੀ। ਲੋ ਮਿੱਤਰੋ ਤੇ ਸਾਨੂੰ ਗੱਡੀ 'ਚ ਬਹਿਣਾ ਪਿਆ ਕੇ ਕਿਉਂਕਿ ਉੱਥੇ ਵਲੌਗ ਬਣਾ ਨਹੀਂ ਸਕਦੇ ਸੀ, ਗਾਣੇ ਚੱਲਦੇ ਸੀ ਤੇ ਫਿਰ ਕੋਪੀਰਾਈਟ ਦਾ ਚੱਕਰ ਆ ਜਾਣਾ ਸੀ ਤੇ ਆਪਾਂ ਆਰਡਰ ਦੇਤਾ ਗੱਡੀ 'ਚ ਆ ਰਿਹਾ ਤੇ ਖਾ ਕੇ ਸ਼ਿਨੂੰ ਦੱਸੂਗੀ ਕਿਉਂਕਿ ਮੈਂ ਤਾਂ ਪਹਿਲਾਂ ਖਾਧੀਆਂ ਵੀ ਆ ਤੇ ਸ਼ਿਨੂੰ ਦੱਸੂਗੀ ਖਾ ਕੇ ਕਿ ਸਵਾਦ ਆ ਜਾਂ ਨਹੀਂ ਤੇ ਬਾਕੀ ਜੋ ਸਾਡਾ ਦਿਲ ਸੀਗਾ ਪਾਓ ਭਾਜੀ ਖਾਣ 'ਤੇ ਅਸੀਂ ਤਾਂ ਖਾਣ ਲੱਗੇ ਕਿਉਂਕਿ ਇੱਥੇ ਦੀ ਮਸ਼ਹੂਰ ਆ। ਬਾਕੀ ਜੇ ਤੁਹਾਡਾ ਵੀ ਦਿਲ ਕੁਛ ਵੀ ਕਰਦਾ ਹੋਊਗਾ ਇਹਦੀ ਬੈਕ ਸਾਈਡ ਹੋਰ ਬਹੁਤ ਮਾਰਕੀਟਾਂ ਆ ਜਿੱਥੇ ਹਰ ਤਰ੍ਹਾਂ ਦਾ ਚਿਕਨ ਕੀ ਮੈਂ ਕਹਿੰਦਾ ਚਾਂਪਾਂ ਕੀ ਮਸ਼ਰੂਮ ਚਾਂਪ ਦੇ ਨਾਲ ਰੋਟੀ ਚਾਂਪ ਰੋਟੀ ਜਿਹੜੀ ਸਾਰਾ ਕੁਛ ਮਿਲਦਾ ਤੇ ਆਪਾਂ ਪਲਵਾਈ ਪਾਓ ਭਾਜੀ ਤੇ ਪਾਓ ਭਾਜੀ ਖਾਵਾਂਗੇ ਮਿੱਤਰੋ ਤੇ ਬਾਕੀ ਖਾ ਕੇ ਸ਼ਿਨੂੰ ਹੀ ਦੱਸੂਗੀ ਕਿਉਂਕਿ ਆਪਾਂ ਨੂੰ ਤਾਂ ਸਵਾਲ ਲੱਗਦੀ ਬਾਕੀ ਸ਼ਿਨੂੰ ਦੱਸੂਗੀ ਖਾ ਕੇ। ਆਓ ਸਰ ਕੈਸੇ ਹੋ, ਲਓ ਸਰ ਕੈਸੇ ਹੈ ਪਾਓ, ਇੱਕ ਐਕਸਟਰਾ ਬੋਲਾ ਥਾ ਲੈ ਕੇ ਆਏ ਹੋ, ਅਭੀ ਲੈ ਕੇ ਆ ਰਹੇ ਹੋ, ਆਹ ਫੜ ਪੰਸ਼ੂ ਲਿਆਓ। ਓਕੇ ਥੈਂਕ ਯੂ ਸਰ, ਪਾਓ ਲਿਆਉਣਾ ਇੱਕ ਹੈ, ਪੀਣੇ ਕੇ ਲਈ ਦਾਰੂ ਲਿਆ ਦਿਓ। ਨਹੀਂ ਕੁਛ ਨਹੀਂ ਪੀਣਾ, ਬਸ ਪੀਏਗੇ ਕਹੀਂ ਦੂਰ ਜਾ ਕੇ ਕੁਛ, ਇਹ ਫੜੋ। ਤੇ ਲਓ ਮਿੱਤਰੋ ਤੁਸੀਂ ਪਾਓ ਭਾਜੀ ਦਾ ਰੰਗ ਦੇਖ ਸਕਦੇ ਹੋ ਭਾਜੀ ਦਾ, ਤੇ ਓਏ ਹੋਏ ਹੋਏ ਕਿਆ ਬਾਤ ਹੈ, ਮੂੰਹ 'ਚ ਤੁਹਾਡੇ ਵੀ ਪਾਣੀ ਆਉਂਦਾ ਹੋਣਾ, ਪਰ ਖਾਣਾ ਤੋਂ ਹੀ ਇੱਥੇ ਆ ਗਿਆ, ਪਰ ਤੁਸੀਂ ਜਿੱਥੇ ਮਰਜ਼ੀ ਘੁੰਮਾਓ ਪਰ ਆਹ ਸਵਾਦ ਨਹੀਂ ਤੁਹਾਨੂੰ ਮਿਲਣਾ। ਦੱਸੀ ਸ਼ਿਨੂੰ ਹੁਣ ਖਾ ਕੇ ਮੈਨੂੰ ਓਕੇ ਆ ਕਿ ਨਹੀਂ, ਓਕੇ ਰਿਪੋਰਟ ਆ ਨਾ, ਸਿਰਾ ਚੀਜ਼ ਆ ਨਾ, ਲੋ ਮਿੱਤਰੋ ਦੱਸ ਇਹਨੂੰ ਮੜਾ ਸਮਝਾ, ਲਿਆ ਫਿਰ ਇੱਥੇ ਰੱਖ ਆਪਾਂ ਖਾਈਏ। ਲੋ ਮਿੱਤਰੋ ਹੁਣ ਆਪਾਂ ਖਾ ਕੇ ਮਿਲਦੇ ਹਾਂ ਤੁਹਾਨੂੰ ਖੇਤ, ਜਿਹੜੇ ਵਿੱਚ ਪਿਆਜ ਮਿਕਸ ਕਰਕੇ ਸਵਾਦ ਆਉਂਦਾ ਨਾ, ਓਏ ਹੋਏ ਹੋਏ ਕਿਆ ਆਵਾਜ਼ ਹੈ, ਉੱਧਰ ਚੈੱਕ ਕਰ ਯਾਰ ਮੈਂ ਹਰੀ ਚਟਨੀ ਵੀ ਆ ਪਈ। ਲਓ ਜੀ ਮਿੱਤਰੋ ਤੇ ਪਾਓ ਭਾਜੀ ਖਾ ਲਈ ਆ, ਸੋਚਿਆ ਸੀ ਕਿ ਥੋੜਾ ਥੋੜਾ ਖਾ ਕੇ ਜਾਵਾਂਗੇ ਪਰ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰ ਪਾਓ ਖਾ ਲਏ ਆ, ਫਟ ਗਏ, ਢਿੱਡ ਇੱਥੇ ਭਰ ਲਿਆ ਤੇ ਹਲੇ ਆਪਾਂ ਹੋਰ ਅੱਗੇ ਜਗ੍ਹਾ ਘੁੰਮਣੀਆਂ, ਹਲੇ ਹੋਰ ਚੀਜ਼ਾਂ ਕੁਛ ਖਾਣ ਜਾਣੀਆਂ ਤੇ ਇਹਦੇ ਨਾਲ ਚੰਗਾ ਪਹਿਲਾਂ ਆਪਾਂ ਚੱਲੀਏ 36 ਚਾਹ ਪੀਏ ਹੁਣ, ਹੈਨਾ 36 ਸੈਕਟਰ ਦੀ ਵੀ ਗੇੜੀ ਦਿਖਾਈਏ ਉਹਨਾਂ ਨੂੰ ਤੇ 36 ਸੈਕਟਰ ਕੀ ਚੱਲਦਾ ਆ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਤੇ ਉੱਥੇ ਕੀ ਮਸ਼ਹੂਰ ਆ। ਉੱਥੇ ਬਸ ਇੱਕੋ ਹੀ ਚੀਜ਼ ਮਸ਼ਹੂਰ ਆ, ਚਾਏ ਸੂਟਾ ਬਾਰ, ਤੇ ਲੋਕੀ ਉੱਥੇ ਸਪੈਸ਼ਲ ਚਾਹ ਪੀਣੀ ਜਾਂਦੇ ਆ ਤੇ ਆਪਾਂ ਵੀ ਉੱਥੇ ਚੱਲੀਏ ਚਾਹ ਪੀਏ ਥੋੜ੍ਹਾ ਜਿਹਾ
ਜੋ ਪਾਓ ਭਾਜੀ ਥੱਲੇ ਹੋ ਜੂਗੀ, ਉਹ ਤੋਂ ਬਾਅਦ ਸਿੱਧਾ ਆਪਾਂ ਜਾਵਾਂਗੇ ਤੋਸ਼ੀ ਵਾਲਿਆਂ ਦੇ ਆਪਣੀ ਫੇਵਰੇਟ ਜਗ੍ਹਾ ਤੇ, ਜਿੱਥੇ ਮੈਨੂੰ ਆਪਣੀ ਮਨ ਪਸੰਦ ਦਾ ਉਹ ਮਿਲਦੀ ਆ, ਮਤਲਬ ਸਟ੍ਰੀਟ ਫੂਡ ਮੇਰੇ ਮਨ ਪਸੰਦ ਦਾ ਉੱਥੇ ਮਿਲਦਾ, ਜੋ ਮੈਂ ਚੀਜ਼ ਖਾਣੀ ਹੁੰਦੀ ਆ। ਅੰਕੁਸ਼ ਭਾਈ ਦੇ ਫੇਵਰੇਟ ਮਸ਼ਰੂਮ ਡੁਪਲੈਕਸ, ਮਸ਼ਰੂਮ ਡੁਪਲੈਕਸ ਖਾਵਾਂਗੇ ਮਿੱਤਰੋ। ਲੋ ਵੀ ਹੁਣ ਗੱਡੀ ਚੱਲੀ ਆ 36 ਸੈਕਟਰ ਨੂੰ, ਕਿਆ ਬਾਤ ਹੈ, ਤਾੜੀਆਂ ਮਾਰ। 32 ਤੋਂ ਨਿਕਲ ਕੇ ਆਪਾਂ ਰਾਈਟ ਮੁੰਡਾ ਗਏ ਸਿੱਧਾ 36, ਤਾੜੀਆਂ ਮਾਰਨ ਨੂੰ ਕਿਆ ਮੈਂ ਤੁਹਾਨੂੰ ਲੰਘਣ ਨੂੰ ਨੀ ਜਗ੍ਹਾ ਦਿੰਦੇ, ਜਿੱਥੇ ਲਾਈਟਾਂ ਹੈ ਨੀ ਨਾ ਉੱਥੇ ਤਾਂ ਇਹ ਅੰਦਰ ਵੜਨ ਨੂੰ ਫਿਰਦੇ ਆ ਕਿ ਘੁਸ ਜਾਈਏ ਕਿਸੇ ਤਰੀਕੇ, ਗੱਡੀ ਨਿਕਲ ਜਾਵੇ ਜਿੱਥੇ ਲਾਈਟਾਂ ਹੋਣ, ਫਿਰ ਐਂ ਲਾਈਟ ਦੇ ਕੇ ਦੂਰ ਹੀ ਖੜ ਦਿੰਦੇ ਆ, ਪਤਾ ਚਲਾਨ ਹੋਣਾ ਆ। ਲੁਧਿਆਣੇ ਚ ਦੇਖੋ ਆਪਾਂ ਹੁਣ ਲੰਡਾ ਕਰਕੇ ਮੋਟਰਸਾਈਕਲ ਤੋਰੀ ਰੱਖਦੇ ਆ, ਇੱਥੇ ਘੁਮਾ ਕੇ ਦਿਖਾਓ ਤਾਂ ਮਾੜਾ ਜਿਹਾ, ਉਹਦੇ ਅਗਲੇ ਹੈਲਮੇਟ ਪਾ ਕੇ ਤੁਰੇ ਕਿ ਨਹੀਂ ਦਿਖਾ, ਜਿਹਨਾਂ ਦੇ ਮਗਰ ਵੀ ਇੱਕ ਇੱਕ ਬੰਦਾ ਬੈਠਾ ਹੋਵੇ ਉਹਨਾਂ ਦੇ ਵੀ ਹੈਲਮੇਟ ਹੋਣਾ ਚਾਹੀਦਾ, ਇਹ ਰੂਲ ਆ ਇੱਥੇ ਦਾ। ਤੇ ਜੇ ਸਪੀਡ ਲਿਮਿਟ 60 ਦੀ ਆ ਤੇ 60 ਹੀ ਹੋਣੀ ਚਾਹੀਦੀ ਆ, ਜਿੱਦਾਂ ਥਾਂ ਥਾਂ ਤੇ ਤੁਹਾਨੂੰ ਕੈਮਰੇ ਮਿਲਣਗੇ, ਚਲਾਨ ਤੁਹਾਡੇ ਘਰੇ ਆ ਜਾਣਾ ਹੈਨਾ। ਤੇ ਹੁਣ ਬਸ ਆ ਅਗਲੀ ਮਾਰਕੀਟ ਆਪਾਂ ਯੂ ਟਰਨ ਲੈ ਕੇ ਨਾਲ ਹੀ 36 ਵੜ ਜਾਣਾ, 36 ਚ ਵੀ ਮੇਰੇ ਖਿਆਲ ਹੁਣ ਤਾਂ ਤੁਰ ਪਿਆ ਹੋਣਾ, ਯੂ ਟਰਨ ਨਹੀਂ ਰਾਈਟ ਟਰਨ, ਆਹੋ ਤੋਰਾ ਫੇਰਾ ਤਾਂ ਹੋ ਗਿਆ ਹੋਊਗਾ, ਕਿਉਂਕਿ 32 ਚ ਇੰਨਾ ਤੋਰਾ ਫੇਰਾ ਨਹੀਂ ਸੀ, ਮੈਂ ਤਾਂ ਹੀ ਛੇਤੀ ਛੇਤੀ ਬਣਾ ਗਿਆ ਕਿਉਂਕਿ ਉੱਥੇ ਥੋੜ੍ਹਾ ਰਸ਼ ਜ਼ਿਆਦਾ ਪੈ ਜਾਂਦਾ, ਪੁਲਿਸ ਖੜ ਜਾਂਦੀ ਆ, ਫਿਰ ਗੱਡੀਆਂ ਖੜ ਜਾਂਦੀਆਂ, ਜਾਮ ਲੱਗ ਜਾਂਦੇ ਆ, ਤਾਂ ਕਰਕੇ ਆਪਾਂ ਫਿਰ ਛੇਤੀ ਛੇਤੀ ਕੱਢ ਲਿਆ। ਤੇ ਆਹ ਸਾਹਮਣੇ ਚੈੱਕ ਕਰਾ 36 ਇੱਧਰ, ਰਾਈਟ ਹੈਂਡ 36 ਇੱਧਰ, ਇੱਧਰ ਵੀ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਮਿੱਤਰੋ, ਇਹ ਮਿਲਦੇ ਹਾਂ। ਤੇ ਆਹ ਮਿੱਤਰੋ ਸਾਹਮਣੇ 36 ਦੀ ਮਾਰਕੀਟ, ਆ ਦੇਖ ਲਓ ਗੱਡੀਆਂ ਕਿੱਦਾਂ ਇੱਧਰੋਂ ਵੜਦੀਆਂ, ਜਿੱਦਾਂ ਉੱਧਰੋਂ 32 ਚੋਂ ਆਪਾਂ ਇੱਦਾਂ ਰੋਡ ਅੰਦਰੋਂ ਘੁੰਮਦੇ ਸੀ ਨਾ, ਇਹਦੇ ਆਪਾਂ ਇੱਦਾਂ ਬਾਹਰੋਂ ਘੁੰਮਣਾ, ਇੱਧਰੋਂ ਗੱਡੀ ਵੜਨੀ ਤੇ ਦੂਜੇ ਪਾਸੋਂ ਹੋਏ ਹੋਏ, ਇੱਥੇ ਮਾਹੌਲ ਹੈਗਾ ਥੋੜ੍ਹਾ ਬਹੁਤਾ ਚੈੱਕ ਕਰ, ਕਿਆ ਬਾਤ ਹੈ, ਇੱਥੇ ਮਾਹੌਲ ਹੈਗਾ ਮਿੱਤਰੋ, ਮੈਨੂੰ ਲੱਗਦਾ ਠੀਕ ਠਾਕ ਜਿਹਾ ਹੀ ਆ। ਸ਼ਨੀ ਐਤਵਾਰ ਜ਼ਿਆਦਾ ਪ੍ਰੋਗਰਾਮ ਹੁੰਦਾ ਉਹਦਾ ਹੈਨਾ, ਕਿਉਂਕਿ ਸ਼ਨੀ ਐਤਵਾਰ ਮੰਡੀਰ ਵਿਹਲੀ ਹੁੰਦੀ ਆ, ਵੀਕਐਂਡ ਹੁੰਦਾ, ਹਾਂ ਉਹ ਤੋਂ ਤੁਹਾਨੂੰ ਪਤਾ ਆ ਕੁੜੀਆਂ ਮੁੰਡਿਆਂ ਨੂੰ ਛੁੱਟੀਆਂ ਹੁੰਦੀਆਂ ਕਾਲਜਾਂ, ਅਗਲੀ ਕਹਿੰਦੀ ਚਲੋ ਚਿਲ ਫਨ ਕਰਕੇ ਆਈਏ, ਗੱਡੀ ਗੁੜੀ ਮਾਰ ਕੇ ਆਈਏ। ਇੱਥੇ ਲੋਕੀ ਜ਼ਿਆਦਾਤਰ ਕਾ ਇੰਨਾ ਕਰ ਗੜੀ ਘੁੰਮਦੇ ਤੇ ਕਾ ਸਾਹਮਣੇ ਦੇਸੀ ਅਰਬਨ ਚਾਏ ਪੀਂਦੇ ਆ, ਆਪਾਂ ਇੱਥੇ ਖੜ ਕੇ ਚਾਹ ਪੀ ਕੇ ਜਾਂਦੇ ਆ। ਤੇ ਪਹਿਲਾਂ ਇੱਕ ਵਾਰ ਤੁਹਾਨੂੰ ਗੇੜਾ ਕਢਾ ਦਈਏ ਕਿ ਕਿੱਦਾਂ ਗੇੜਾ ਘੁੰਮਦਾ, ਚੈੱਕ ਕਰਾ ਉੱਥੇ ਬੈਠਨੇ ਆਪਾਂ, ਚੈੱਕ ਕਰਾ ਮੜਾ ਇੱਦਾਂ ਗੇੜਾ ਘੁੰਮਦਾ ਪੂਰਾ ਇੱਥੇ, ਬੰਦਾ ਗੱਡੀ ਲਾਉਣ ਲੱਗਾ, ਚਲੋ ਓਏ ਓਏ ਲਾ ਦੇਣੀ ਗੱਡੀ ਨਾਲ ਹੀ, ਅਸੀਂ ਜਿਹੜੀਆਂ ਲਾਉਣੀਆਂ ਉਹਦੇ। ਤੇ ਇੱਧਰ ਨੂੰ ਬਸ ਇੱਦਾਂ, ਤੇ ਬਾਹਰ ਛੋਟੀ ਮਾਰਕੀਟ ਹੈ, ਗੋਲ 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 ਚੱਕਰ ਘੁੰਮਦੇ, ਗੋਲ ਬਣਿਆ ਹੁੰਦਾ ਉਹਦਾ, ਇੱਥੇ ਕੁੜੀਆਂ ਮੁੰਡੇ ਸਾਰੇ ਆਪਣੇ ਫਰੈਂਡ, ਜਿੰਨੇ ਫਰੈਂਡ ਸਰਕਲ ਆ ਸਾਰਾ ਘੁੰਮਣ ਇੱਥੇ ਆਇਆ ਹੁੰਦਾ, ਤੇ ਕਈ ਨਵੇਂ ਨਵੇਂ ਕਪਲਸ ਜਿਹਨੂੰ ਕਹਿ ਲਓ, ਨਵੇਂ ਨਵੇਂ ਕਪਲਸ ਆਏ ਹੁੰਦੇ ਆ, ਤੇ ਉਹ ਥੋੜ੍ਹੇ ਜਿਹਾ ਫਿਰ ਤੁਹਾਨੂੰ ਪਤਾ ਚਿਲ ਫਨ ਜਿਹਾ ਕਰਦੇ ਆ, ਹੈ ਇੱਦਾਂ ਕਰਕੇ ਚੱਕਰ ਆ, ਨਾਲ ਠੇਕਾ ਵੀ ਰੱਖਿਆ ਹੈਗਾ ਉਹ ਅੱਗੇ ਆ ਅੱਗੇ। ਤੇ ਬਸ ਇਹੀ ਇੱਥੇ ਚੰਡੀਗੜ੍ਹ ਹੋਰ ਹੁੰਦਾ ਕੀ, ਆਹੀ ਚੀਜ਼ਾਂ ਹੁੰਦੀਆਂ ਬਈ, ਆਹ ਦੇਖੋ ਗੇੜੀਆਂ ਗੇੜੀਆਂ ਚੈੱਕ ਕਰੋ, ਜੀਪਾਂ ਦੇ ਜੀਪਾਂ ਜਾਏ ਮੁੰਡੇ, ਇਹ ਇਹ ਬਸ ਪੰਜਾਬੀ ਬੰਦੇ ਕਰ ਸਕਦੇ ਆ ਜ਼ਿਆਦਾ, ਹੋਰ ਹੋਰ ਪੰਜਾਬੀ ਬੰਦਿਆਂ ਚ ਇਹ ਹੁੰਦੀ ਆ ਕਿ ਆਪਾਂ ਕਰਨਾ, ਦੇਖੋ ਗੱਡੀ ਘੁੰਮਦੀ ਨਾ ਅੱਗੇ ਵੀ ਆਪਣੇ ਜੀਪ ਜਾ ਰਹੀ ਭਾਜੀ, ਜੀਪ ਉਹਦੇ ਅੱਗੇ ਵਰਨਾ ਸੈਂਟਰ, ਬਸ ਇੱਦਾਂ ਗੇੜੀ ਵੱਜੀ ਜਾਣੀ ਆ, ਆਪਾਂ ਆਪਣੀ ਗੇੜੀ ਥੋੜੀ ਸ਼ਾਂਤੀ ਵਾਲੀ ਆ, ਆਪਾਂ ਬਲੌਗ ਬਣਾ ਰਹੇ ਤਾਂ ਜੇ ਆਪਾਂ ਇਕੱਲੇ ਛੜੇ ਛਾਂਡ ਹੋ ਜਾਂਦੇ ਤੇ ਛੱਡੇ ਜਾਣਾ ਹੀ ਮੁੰਡਾ ਯੈਂਗੋ ਹਾਂ ਵੀ ਓਨਲਾਈ ਸਾਰਾ ਰੂਪ, ਚਾਹ ਚੂ ਪੀਣ ਨੂੰ ਖੜਦੇ ਬੰਦੇ।
ਬਾਕੀ ਚਾਹ ਚੂ ਪੀਵਾਂਗੇ ਤੇ ਫਿਰ ਆਪਾਂ ਕਿਤੇ ਅਗਲੀ ਮਾਰਕੀਟ ਚ ਚੱਲੀਏ ਤੇ ਹੁਣ ਇੱਥੇ ਖਾਣ ਨੂੰ ਕੁਛ ਨਾ ਮੰਗਿਓ ਕਿਉਂਕਿ ਢਿੱਡ ਪੂਰਾ ਭਰਿਆ ਆ। ਲਓ ਜੀ ਮਿੱਤਰੋ ਤੇ ਚਾਹ ਆਰਡਰ ਕਰਤੀ ਆਪਾਂ ਬਹਿ ਕੇ ਤੇ ਇੱਥੇ ਆਹ ਬਾਈ ਵਿਆਹ ਥੋੜ੍ਹਾ ਸਾਈਡ 'ਤੇ ਬਹਿਣ ਨੂੰ ਉਹਨਾਂ ਨੇ ਖਾਲੀ ਜਿਹੀ ਜਗ੍ਹਾ 'ਚ ਦਿੱਤੀ ਹੋਈ ਆ ਜਿੱਥੇ ਪੇਂਟਿੰਗ ਪੁੰਟਿੰਗ ਹੋਈ ਆ ਕਹਿੰਦੇ ਵਧੀਆ ਵਾਲੀ, ਤੁਸੀਂ ਇੱਥੇ ਬਹਿ ਕੇ ਚਾਹ ਚੂ ਪੀ ਸਕਦੇ ਆ ਅਤੇ ਕੁੜੀ ਕਹਿੰਦੇ ਸਟੋਰੀਆਂ ਪਾਈ ਜਾਂਦੀ ਆ। ਚਾਹ ਇੱਥੇ ਮਸ਼ਹੂਰ ਚਾਹ ਸਾਰਿਆਂ ਦੀ, ਮਤਲਬ ਕਿ ਸਭ ਤੋਂ ਵਧੀਆ ਜਿਹੜੀ ਮਸ਼ਹੂਰ ਚਾਹ ਉਹ ਇੱਥੇ ਆ। ਬਸ ਉਹਦੇ ਖੋਦਰ ਗੇੜੀ ਵੱਜ ਰਹੀ ਕੁੜੀਆਂ ਮੁੰਡਿਆਂ ਦੀਆਂ ਬਾਈ। ਇੱਥੇ ਥੋੜ੍ਹਾ ਜਿਹਾ ਆਪਾਂ ਜਲਦੀ ਆ ਗਏ ਹਾਂ, ਚੱਕਰ ਤਾਂ ਪੈ ਗਿਆ ਆ ਅਤੇ ਦਪਾਂਸ਼ੂ ਆ ਗਿਆ ਚਾਹ ਲੈ ਕੇ ਅਤੇ ਜਲਦੀ ਆ ਗਏ ਬਸ ਇੱਕ ਵਲੋਗ ਦੇ ਚੱਕਰ ਚ। ਜੇ ਕਿਤੇ ਮੁੰਡੇ ਮਾਂਡੇ ਆਣੇ ਹੁੰਦੇ ਫਿਰ ਤਾਂ ਮੈਂ ਆਪਾਂ ਰਸ਼ ਚ ਆ ਜਾਂਦਾ ਹੈ ਨਾ, ਰਸ਼ ਚ ਥੋੜੀ ਦਿੱਕਤ ਹੋ ਜਾਂਦੀ ਆ ਤੇ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ। ਤੇ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਹੈਗਾ, ਆਪਾਂ ਛੇਤੀ ਛੇਤੀ ਕੱਢ ਲਈਏ। ਰੌਣਕ ਮੇਲਾ ਜਿੰਨਾ ਕੁ ਹੋ ਸਕਿਆ ਤੁਹਾਨੂੰ ਜ਼ਰੂਰ ਦਿਖਾਊਂਗਾ, ਬਾਕੀ ਕਿਸੇ ਦਿਨ ਟਾਈਮ ਵੀ ਕੱਢੂੰਗਾ ਮੈਂ ਕਿ ਕਿਤੇ ਭੀੜ ਭੜਾਕੇ 'ਚ ਵੀ ਵਲੋਗ ਬਣਾਉਂਦੇ ਆ। ਕਿਆ ਬਾਤ ਹੈ, ਚਾਹ ਤਾਂ ਓਕੇ, ਤੂੰ ਪੀ ਕੇ ਦੇਖ ਸਹੀ ਹੈ ਹੀ ਆ, ਤੂੰ ਪੀ ਕੇ ਦੇਖ ਸਹੀ ਆ। ਪੀ ਕੇ ਦੱਸ ਓਕੇ ਆ ਕਿ ਨਹੀਂ ਬਾਬੇ, ਆਹ ਪੀ ਕੇ ਦੇਖ, ਫੁੱਲ ਵਾਲੀ ਖੁਸ਼ਬੂ ਆਹ ਪੀ ਕੇ ਦੇਖ, ਆਹ ਪੀ ਕੇ ਤਿੰਨੇ ਚਾਹ ਦਾ ਟੇਸਟ ਕਰੇਗੀ। ਮੈਂ ਪੀ ਕੇ ਚੋਕਲੇਟ ਵਾਲੀ ਵਧੀਆ ਨਾ, ਨਹੀਂ ਅਦਰਕ ਵਾਲੀ ਲੈ, ਆਹ ਪੀ ਰਹੇ ਚੋਕਲੇਟ ਵਾਲੀ ਜਮਾ ਹੀ ਲੈ ਦੋ ਆਪਣੀ ਜਿਹੜੀ ਚੀਜ਼ ਆ ਨਾ ਓਕੇ ਆ, ਜਿਹੜੀ ਆਹ ਚੀਜ਼ ਹੈ ਨਾ ਓਕੇ ਐਨ ਓਕੇ ਰਿਪੋਰਟ ਹੈ, ਕਿਉਂਕਿ ਇਸ ਪੇ ਗੁਲਾਬ ਦੇ ਫੁੱਲ ਦੀ ਖੁਸ਼ਬੂ ਆ ਰਹੀ ਹੈ, ਉਸ ਪੇ ਚੋਕਲੇਟ ਵਾਲੀ ਪਰ ਸਵਾਦ ਅਦਰਕ ਵਾਲੀ ਪਈ ਹੈ, ਜੋ ਘਰੇ ਵੀ ਅਦਰਕ ਹੈ ਚਾਹ ਵੀ ਅਦਰਕ ਹੈ, ਉਹੀ ਤਾਂ ਨਹੀਂ ਮਰਨੀ ਬਾਹਰ ਆਏ ਬੰਦਾ ਬਾਹਰਲੀ ਚੀਜ਼ ਕੋਈ ਟੇਸਟ ਕਰਦਾ ਅਦਰਕ ਵਾਲੀ ਦਾ ਆਪਾਂ ਦੇਖ, ਉਹੀ ਹੈ ਇਹਦਾ ਪਤਾ ਅਦਰਕ ਵਾਲੀ ਮਿਲਣੀ ਮਿਲਣੀ ਆ, ਅਰੂਦ ਵਾਲੀ ਪੀਓ ਆਥੂ ਕੋਸਾ। ਤੇ ਬਾਕੀ ਮਿੱਤਰੋ ਆਪਾਂ ਇਥੋਂ ਚਾਹ ਚੂ ਪੀ ਕੇ ਗੇੜੀ ਗੁੜੀ ਮਾਰ ਕੇ ਤੇ ਉਹ ਤੋਂ ਬਾਅਦ ਆਪਾਂ ਆਪਣੀ 34 ਵਧੀਆ ਵਾਲੀ ਸਟਰੀਟ ਫੂਡ ਜਿੱਥੇ ਮੈਨੂੰ ਵਧੀਆ ਲੱਗਦਾ ਮਸ਼ਰੂਮ ਡੁਪਲੈਕਸ। ਆ ਤਾਂ ਵੀ ਤੂੰ ਆਪਣਾ ਸਾਰਾ ਕੁਝ ਨੀਚੇ ਨੀਚੇ ਕਰ ਰਿਹਾ ਕਿ ਮੈਂ ਸਭ ਕੁਝ ਨੀਚੇ ਹੋ ਜਾਏ, ਖਾਵਾਂਗੇ ਜਾ ਕੇ ਤੇ ਤੁਹਾਨੂੰ ਦਿਖਾਵਾਂਗਾ। ਪਰ ਉਹ ਵੀ ਡਾਇਰੈਕਟ ਮੈਂ ਡਾਇਰੈਕਟ ਹਮ ਖਾਣੇ ਨਹੀਂ ਬੜੇਂਗੇ, ਕਿਉਂਕਿ ਵੀ ਥੋੜਾ ਨੀਚੇ ਕਰ ਲੈਂਗੇ, ਉਸਕੇ ਬਾਅਦ ਖਾਏਂਗੇ ਜਦ ਭੁੱਖ ਲੱਗ ਜਾਏਗੀ। ਭੁੱਖ ਤਾਂ ਠੀਕ ਹੈ ਲੱਗ ਜਾਣੀ, ਆਪਾਂ ਇੱਕ ਇੱਕ ਪਲੇਟ ਲਮੋਣੀ ਸਾਰਿਆਂ ਦੀ ਮਿੱਤਰੋ। ਬਾਕੀ ਤੁਹਾਨੂੰ ਉੱਥੇ ਦਿਖਾਉਂਦੇ ਹਾਂ, ਜੇ ਅੰਕਲ ਹੋਇਆ ਉੱਥੇ ਅੰਕਲ ਦੀ ਫਰੂਟ ਬੀਅਰ ਵੀ ਦੇਵਾਂਗੇ ਆਪਾਂ ਇੱਕ ਇੱਕ, ਹਾਂ ਉਹ ਜੋ ਠੰਡੀ ਸੀ ਉਹਦੀ, ਜੇ ਉਹ ਅੱਜ ਬੋਲ ਕੇ ਬਣਾਉਂਦਾ ਹੋਊਗਾ ਤੇ ਉਹ ਵੀ ਇਹਨਾਂ ਨੂੰ ਦਿਖਾਵਾਂਗੇ ਸਾਰੇ। ਨਹੀਂ ਅੱਜ ਬਣਾਵਾਂਗੇ, ਬਹੁਤ ਜ਼ਿਆਦਾ ਮਸ਼ਹੂਰ ਆ ਉੱਥੇ, ਜੇ ਦੇਖੋ ਆਪਾਂ ਚੱਲੇ ਹਾਂ ਤੋਸ਼ੇ ਵਾਲੇ, ਉਹ ਕੀ ਆ ਬਿਹਾਰੀ ਲਾਲ ਪਾਨ ਵਾਲੇ, ਬਿਹਾਰੀ ਲਾਲ ਪਾਨ ਵਾਲੇ ਕੇ ਸਾਥ ਤੋਸ਼ੇ ਵਾਲਾ, ਉਹ ਅੰਕਲ ਬਿਹਾਰੀ ਲਾਲ ਪਾਨ ਵਾਲਾ ਹੀ ਆ ਜਿੱਥੋਂ ਆਪਾਂ ਖਾਣਾ ਆ। ਹਾਂ ਤੇ ਚਲੋ ਬਾਕੀ ਮਿਲਦੇ ਹਾਂ ਉੱਥੇ ਜਾ ਕੇ ਦਿਖਾਉਂਦੇ ਹਾਂ। ਭਰਾ ਤੁਹਾਡੇ ਨੇ ਆਪਣੀ ਚਾਹ ਤਾਂ ਖਤਮ ਕਰਤੀ ਆ ਤੇ ਆਹ ਦੋ ਬੰਦਿਆਂ ਤੋਂ ਚਾਹ ਨਹੀਂ ਉਹ ਹੁੰਦੀ ਪਈ ਖਤਮ, ਤੇ ਬਾਕੀ ਆਹ ਦੇਖੋ ਮੁੰਡੇ ਮਾਂਡੇ ਬਹਿ ਗਏ, ਮੰਡੀਰ ਬਹਿ ਗਈ ਆ ਤੇ ਉੱਧਰ ਤੋਰਾ ਫੇਰਾ ਫੇਰ ਚੱਲ ਪਿਆ। ਤੇ ਜਿਹੜੀ ਰੌਣਕ ਮੇਲਾ ਦੇਖਣ ਆਇਆ ਸੀ ਨਾ ਬਾਬਾ, ਉਹ ਥੋੜ੍ਹਾ ਮਿਸ ਕਰ ਰਹੇ ਆਪਾਂ, ਹੈ ਨਾ ਟਾਈਮ ਹੋਇਆ ਨਹੀਂ ਨਾ ਕੁੜੀਆਂ ਆ, ਕੁੜੀਆਂ ਵਾਲਾ ਟਾਈਮ ਇੱਥੇ 9:30-9:10 ਇੱਥੇ ਜਿਹੜਾ ਮਾਹੌਲ ਬਣਨਾ, ਓਏ ਹੋਏ ਹੋਏ ਹੋਏ, ਕੋਈ ਨਾ ਤੈਨੂੰ ਨਾ ਨਾਲ ਵਧੀਆ ਵਾਲੇ ਦਿਨ ਲੈ ਕੇ ਆਇਆ, ਕਿ ਤੈਨੂੰ ਮੈਂ ਨਾਲ ਲੈ ਕੇ ਆਇਆ ਵਧੀਆ ਵਾਲੇ ਦਿਨ, ਕਿ ਅੱਜ ਰੌਣਕ ਮੇਲਾ ਆਇਆ ਨਹੀਂ ਤੇ ਫੈਸਟੀਵਲ ਹੋਵੇਗਾ ਨਾ ਉਦੋਂ ਘੁੰਮਾਂਗੇ। ਹੁਣ ਆਪਾਂ 34 ਸੈਕਟਰ ਚੱਲੀਏ, ਹੈਂ
34 ਸੈਕਟਰ ਖਾਈਏ ਥੋੜਾ ਬਹੁਤਾ ਚਲੋ। ਜਿੱਦਾਂ ਜਿੱਦਾਂ ਮਿੱਤਰੋ ਰਾਤ ਹੋਈ ਜਾਂਦੀ ਆ ਉਦਾਂ ਉਦਾਂ ਮਾਹੌਲ ਬਣੀ ਜਾਂਦਾ। ਚੈੱਕ ਕਰੋ ਨਿਊ ਕਪਲਸ, ਕਿਆ ਬਾਤ ਹੈ, ਇੱਧਰੋਂ ਵੀ ਹੋ ਗਿਆ ਮਾਹੌਲ ਸ਼ੁਰੂ। ਅਤੇ ਤੁਹਾਨੂੰ ਮੈਂ ਦੱਸਿਆ ਸੀ ਆਪਾਂ ਥੋੜ੍ਹਾ ਜਲਦੀ ਆ ਗਏ ਹਾਂ, ਹੋਰ ਕੋਈ ਚੱਕਰ ਨਹੀਂ ਹੈਗਾ। ਅਤੇ ਮਾਹੌਲ ਤਾਂ ਹੁਣ ਹੌਲੀ ਹੌਲੀ ਬਣਨ ਲੱਗ ਗਿਆ ਜਾਣਾ। ਉੱਧਰ ਗੇੜੀਆਂ ਚੱਲ ਰਹੀਆਂ, ਚੈੱਕ ਕਰੋ, ਅਤੇ ਇੱਧਰ ਮਾਹੌਲ ਹੋਰ ਬਣ ਗਿਆ। ਅਤੇ ਬਾਕੀ ਮਿੱਤਰੋ ਬਸ ਹੁਣ ਆਪਾਂ ਚਾਹ ਜੋ ਪੀ ਲਈ ਆ, ਅਤੇ ਆਹ ਚੈੱਕ ਕਰੋ 13 ਪ੍ਰੋ ਮੈਕਸ ਅਤੇ 15 ਪ੍ਰੋ ਮੈਕਸ ਦੇ ਵਿੱਚ ਬਣ ਰਿਹਾ ਵਲੌਗ। ਅਤੇ ਇੱਧਰ ਚੋਬਰ ਜੀ ਫੋਨ 'ਤੇ ਲੱਗਿਆ, ਕਹੇ ਨਾ ਚਲੀਏ, ਅਤੇ ਚਲੋ ਚਲੀਏ ਮਿੱਤਰੋ। ਆਹ ਚੈੱਕ ਕਰੋ ਮਿੱਤਰੋ, ਗੇੜੀਆਂ ਵੱਜ ਰਹੀਆਂ। ਹਾਂਜੀ, ਕਿਆ ਬਾਤ ਹੈ। ਅਤੇ ਇੱਥੋਂ ਆਪਾਂ ਪੀਤੀ ਚਾਹ ਮਿੱਤਰੋ, ਅਤੇ ਹੁਣ ਆਪਾਂ ਚੱਲੀਏ ਆਪਣੇ ਫੇਵਰੇਟ ਸਟਰੀਟ ਫੂਡ ਵਾਲੇ ਕੋਲ। ਬਾਬਾ ਰੌਣਕ ਮੇਲਾ 3v2 36 ਚ ਲੱਭੀ ਗਏ। ਰੌਣਕ ਮੇਲਾ ਦਾ ਸਾਲੇ ਉਹ ਇੱਥੇ ਲੱਗਾ ਪਿਆ, ਮਾਰਕੀਟ ਪੂਰੀ ਭਰੀ ਪਈ ਆ। ਇੱਥੇ ਆਉ ਸਵਾਦ ਸਾਹਮਣੇ ਚਵਾਰੇ ਬਾਲੀ ਬਾਰੀ। ਕਿੱਥੇ ਜਾਣਾ ਆਪਾਂ ਸਾਲੇ? ਤੋਸ਼ੀ ਵਾਲਾ ਕਿੱਥੇ ਗਿਆ? ਤੋਸ਼ੀ ਵੀ ਇੱਥੇ ਗਿਆ ਬਾਬੇ? ਨਹੀਂ ਨਹੀਂ ਨਹੀਂ, ਉਹ ਦੇਖ ਰਿਹਾ ਕਿੱਥੇ ਆਇਆ ਬੋਰਡ ਜਿਹਾ ਅੱਗੇ ਲੱਗਾ ਇਹਨਾਂ ਦੇ ਪਿੱਛੇ। ਅੱਛਾ, ਉਹ ਰਿਹਾ ਬੋਰਡ ਦੇ ਪਿੱਛੇ ਬਿਹਾਰੀ ਲਾਲ ਪਾਨ ਵਾਲੇ, ਹਮਨੇ ਜਾਣਾ ਯਹਾਂ ਪੇ ਬਿਹਾਰੀ ਲਾਲ ਪਾਨ ਵਾਲੇ। ਉਹ ਰਿਹਾ ਤੋਸ਼ੀ ਵੀ, ਉਹ ਰਿਹਾ ਗ੍ਰੀਨ ਕਲਰ ਦਾ ਤੋਸ਼ੀ ਵਾਲੇ ਤੇ ਜਾਣਾ ਹੀ ਨਹੀਂ ਆਪਾਂ, ਜਾਣਾ ਹੀ ਬਿਹਾਰੀ ਲਾਲ ਪਾਨ ਵਾਲੇ ਕਿਤੇ। ਚਲੋ ਜੀ, ਬੇਇੱਜ਼ਤੀ ਕਰਾਤੀ। ਬੇਇੱਜ਼ਤੀ ਕੀ ਕਰਾਤੀ? ਪੂਰੇ ਵਲੌਗ ਚ ਇੱਥੇ ਨਾਮ ਆ, ਪਰ ਆਪਾਂ ਨੂੰ ਸਵਾਦ ਲੱਗਦਾ ਬਿਹਾਰੀ ਲਾਲ ਪਾਨ ਵਾਲਾ। ਠੀਕ ਆ, ਸਮਝਿਆ ਗੱਲ ਨੂੰ? ਆਪਾਂ ਜਾਣਾ ਬਿਹਾਰੀ ਲਾਲ ਪਾਨ ਵਾਲਾ। ਠੀਕ ਆ, ਬਿਹਾਰੀ ਲਾਲ ਪਾਨ ਵਾਲਾ ਕੇ ਪਾਸ। ਹਾਂ, ਕੇ ਪਾਸ ਰੌਣਕ ਮੇਲਾ ਜਾਂਦਾ ਹੋਇਆ। ਕਿਆ ਬਾਤ ਹੈ ਕਪਲਸ, ਪਿਆਰੇ ਪਿਆਰੇ ਕਪਲਸ, ਮਿੱਠੇ ਮਿੱਠੇ ਸਵੀਟ ਕਪਲਸ। ਦੂਸਰੋ ਕਾ ਲੱਡੂ ਹਮੇਸ਼ਾ ਮਿੱਠੇ ਲੱਗਦਾ ਹੈ। ਹਾਂਜੀ, ਕਿਤੇ ਆਏ ਸੀ ਤੇ ਕੁਛ ਖਾ ਕੇ ਗਏ ਆ, ਕੋਈ ਪੈਸਾ ਵੇਸਟ ਨੀ ਹੈਗਾ ਤੁਹਾਡਾ, ਤੇ ਘੱਟ ਪੈਸਿਆਂ ਦੇ ਵਿੱਚ ਹੀ ਪਾਰਕਿੰਗ ਕਾ ਲਗਾਣੀ। ਤੁਸੀਂ ਆਪ ਚੈੱਕ ਕਰ ਸਕਦੇ ਹੋ, ਪਾਰਕਿੰਗ ਨੂੰ ਜਗ੍ਹਾ ਹੀ ਹੈ ਨੀ, ਇੰਨਾ ਰਸ਼ ਪਿਆ ਹੋਇਆ ਅੰਦਰ। ਤੋਸ਼ੀ ਵਾਲੇ ਦੇ ਵੀ ਜਾ ਸਕਦੇ ਹੋ, ਪਰ ਮੈਨੂੰ ਜ਼ਿਆਦਾ ਵਧੀਆ ਆਹ ਬਿਹਾਰੀ ਲਾਲ ਜੀ ਪਾਨ ਵਾਲੇ ਵਾਲਿਆਂ ਦਾ ਵਧੀਆ, ਮਤਲਬ ਕਿ ਸਾਰਾ ਫਾਸਟ ਫੂਡ ਵਧੀਆ ਲੱਗਦਾ ਆ ਬਿਹਾਰੀ ਲਾਲ ਜੀ। ਤੇ ਹੁਣ ਆਪਾਂ ਗੱਡੀ ਲਾਈਏ, ਤੁਹਾਨੂੰ ਬਿਹਾਰੀ ਲਾਲ ਜੀ ਪਾਨ ਵਾਲਿਆਂ ਦੇ ਮਸ਼ਰੂਮ ਡੁਪਲੈਕਸ ਖਾਣ ਆਇਆ ਤੁਹਾਡਾ ਭਰਾ, ਤੇ ਨਾਲ ਖਾਊਗਾ ਫਰੂਟ ਬੀਅਰ ਪੀਊਗਾ, ਤੇ ਨਾਲ ਖਾਊਗਾ ਕੀ ਖਾਣਾ ਨਾਲ ਕੁੜੀਆਂ ਤੁਰੀਆਂ ਫਿਰਦੀਆਂ, ਕਿਸੇ ਕੁੜੀ ਭੈਣ ਵੀਰ ਦੀ ਸ਼ਕਲ ਨਾ ਲੈ ਮੇਰਾ ਭਰਾ, ਕੋਈ ਆਪਾਂ ਨੂੰ ਭੈਣ ਵੀਰ ਦੀ, ਭੈਣ ਵੀਰ ਦੀ ਭੈਣ। ਗੱਡੀ ਨਿਕਲਣ ਲੱਗੀ,
ਸਵਿਫਟ ਵਾਲਾ ਪੂਰਾ ਮੇਰੇ ਕੋ ਪੂਰੇ ਪੂਰੇ ਸਾਰੇ ਕਿ ਸਵਿਫਟ ਵਾਲੇ ਭਈਆਂ ਲਗਾ ਦੇ ਨਹੀਂ ਲਗਾਊਗਾ ਸਵਿਫਟ ਵਾਲਾ ਇਹ ਲਗਾਏਗਾ ਮੈਂ ਸੇ ਲਿਖ ਲਈ ਸ਼ਰਤ ਲੱਗ ਗਈ ਸ਼ਰਤ ਲਾਤੀ ਬਾਬੇ ਲੈ ਕਿੰਨੇ ਦੀ ਸ਼ਰਤ ਸੀ ਸ਼ਰਤ ਤਾਂ ਡਿਸਾਈਡ ਹੀ ਨਹੀਂ ਹੋਈ ਬਤਾਓ ਬਤਾਓ ਸਹੀ ਕਰੋ ਬਾਤ ਸਹੀ ਕਰੋ ਆ ਕੀਤਾ ਚੱਲ 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 ਗੱਡੀ ਲਾ ਦੇ ਬਾਬਾ ਪਿੱਛੇ ਗਾੜੀ ਆਈ ਹੈ ਯਾਰ ਕੁਛ ਬੈਠਾ ਟੈਨਸ਼ਨ ਕਾਦੀ ਲਈ ਨੂੰ ਹੈਵੀ ਡਰਾਈਵਰ ਹੈ ਮਾਰ ਪਾਸ ਹੋਰ ਕੀ ਇਹਨਾਂ ਨੂੰ ਕੀ ਪਤਾ ਹੈਵੀ ਡਰਾਈਵਰ ਪਤਾ ਨਾ ਤੂੰ ਮੈਂ ਹੈਵੀ ਡਰਾਈਵਰ ਬਾਬਾ ਜਿਸ ਕੋ ਗਾੜੀ ਨੇ ਚਲਾਈ ਲੋ ਜੀ ਮਿੱਤਰੋ ਗੱਡੀ ਦੀ ਆਪਣੀ ਘੈਂਟ ਪਾਰਕਿੰਗ ਤੇ ਲੱਗ ਗਈ ਹੈ ਪਾਰਕਿੰਗ ਮਿਲ ਗਈ ਹੈ ਨਾ ਤੇ ਹੁਣ ਨਾਲੇ ਵਧੀਆ ਲੱਗੀ ਪਾਰਕਿੰਗ ਆਪਣੀ ਤੁਸੀਂ ਦੇਖ ਸਕਦੇ ਹੋ ਟੂੰ ਟੂੰ ਕਰ ਲਾ ਪਾ ਬਸ ਚਲੋ ਚਲੀਏ ਬਾਹਰ ਨੂੰ ਕਹੇ ਹਾਲੇ ਥੋੜਾ ਜਿਹਾ ਬਹਿਣਾ ਬਹਿਣ ਨੂੰ ਕੀ ਅੰਦਰ ਤਾਂ ਇੰਟੈਕਸ਼ਨ ਨਹੀਂ ਖੇਡਣੀ ਬੰਦ ਕਰ ਦੇ ਮਨਾਣ ਲੱਗ ਪਿਆ ਬਾਬੇ ਦਿਮਾਗ ਨਾ ਖਾਇਆ ਕਰ ਆਇਆ ਮੈਂ ਤੈਨੂੰ ਫੋਨ ਲੈ ਗਿਆ ਤੂੰ ਬੁੱਧੂ ਗੱਲਾਂ ਕਰੀ ਖੜੀ ਆ ਤੂੰ ਮੇਰੀ ਵਾਰੀ ਬਾਤ ਐਸੀ ਚੁੱਪ ਕਰ ਜਿਓ ਸੋਲੋ ਮਿੱਤਰੋ ਪਹੁੰਚ ਚੁੱਕੇ ਹਾਂ ਆਪਾਂ ਬਿਹਾਰੀ ਲਾਲ ਪਾਨ ਵਾਲੇ ਜੀ ਦੇ ਸੋ ਮੈਂ ਸਾਰੀਆਂ ਦੁਕਾਨਾਂ ਉੱਦਾਂ ਫਾਸਟ ਫੂਡ ਦੀਆਂ ਆ ਮੈਂ ਜ਼ਿਆਦਾ ਵਧੀਆ ਖਾਣਾ ਸਮਝਦਾ ਬਿਹਾਰੀ ਲਾਲ ਜੀ ਪਾਨ ਵਾਲੇ ਕੋਲ ਅਤੇ ਕਈ ਲਾ ਦੇਖੋ ਰਸ਼ ਤਾਂ ਤੋਸ਼ੀ ਵਾਲੇ ਕੋਲ ਵੀ ਬਹੁਤ ਪਿਆ ਪਰ ਆਪਾਂ ਖਾਣਾ ਉਹਦੇ ਕੋਲ ਮੈਨੂੰ ਉਹਦਾ ਵਧੀਆ ਲੱਗਦਾ ਬਾਕੀ ਸੋਫਟੀ ਟਾਊਨ ਚੈਪਸ ਇਨ ਫਾਸਟ ਫੂਡ ਬਹੁਤ ਜਗ੍ਹਾ ਆ ਤੁਸੀਂ ਖਾ ਸਕਦੇ ਹੋ ਹੁਣ ਮੈਨੂੰ ਮੈਨੂੰ ਇੰਨਾ ਪਤਾ ਨਹੀਂ ਹੁਣ ਮੈਨੂੰ ਇੰਨਾ ਪੜ੍ਹਨਾ ਨਹੀਂ ਆਉਂਦਾ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਹੋਸਾ ਆਉਂਦਾ ਠੀਕ ਹੈ ਅਤੇ ਬਾਕੀ ਆ ਜਾਓ ਹੁਣ ਆਪਾਂ ਫਾਸਟ ਫੂਡ ਖਾਈਏ ਅਤੇ ਆਪਾਂ ਨੂੰ ਉੱਥੇ ਵੀ ਮਿਲਿਆ ਸੀ 3B2 ਠੇਕਾ ਹੈ ਨਾ ਪੂਰੇ ਮੋਹਾਲੀ ਚੰਡੀਗੜ੍ਹ 'ਚ ਹੈਗੀਆਂ ਰੇਹੜੀਆਂ ਚਲੋ ਰੰਗਕੁਸ਼ ਨੇ ਦੇ ਦਿਆ ਆਰਡਰ ਪਰ ਨੈਟ ਨਹੀਂ ਚੱਲ ਰਿਹਾ ਹੈ ਕਿਆ ਹੋ ਗਿਆ ਜੀ ਹਰ ਵਾਰੀ ਐਸਾ ਹੁੰਦਾ ਹੈ ਉਹ ਦੇਖੋ ਬਈ ਇੱਧਰ ਬਣ ਰਿਹਾ ਫਰੂਟ ਵੀ ਦੇਖੋ ਕਿਵੇਂ ਬਣਦੀ ਹੈ ਭਾਈ ਕੀ ਗੱਲ ਨੈਟ ਨਹੀਂ ਚੱਲਦਾ ਇੱਥੇ ਲੈ 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 ਬਸ ਦੇਖੋ ਕਿਆ ਕਿਆ ਪੜ ਰਿਹਾ ਮੇਰੇ ਕੋ ਖੁਦ ਨਹੀਂ ਪਤਾ ਹੋਏ ਸੋ ਚੈੱਕ ਕਰੋ ਮਿੱਤਰੋ ਕਿਵੇਂ ਫਰੂਟ ਬੀਅਰ ਇੱਥੇ ਤਾਜ਼ੀ ਬਣਦੀ ਆ ਤੁਸੀਂ ਉਹ ਜਿਹੜੀਆਂ ਪਿੰਨੋ ਪੰਜ ਪੰਜ ਦਸ ਦਸ ਰੁਪਏ ਵਾਲੀਆਂ ਉਹਦੇ ਨਾਲੋਂ ਕਿਤੇ ਵਧੀਆ ਆ ਚੈੱਕ ਕਰੋ ਲਓ ਜੀ ਫਰੈਸ਼ ਤਾਜ਼ੀ ਤਿਆਰ ਹੁੰਦੀ ਹੋਈ ਇੱਥੇ ਅੰਕਲ ਹੈ ਨਹੀਂ ਅੰਕਲ ਦੀ ਫੋਟੋ ਤਾਂ ਲੱਗੀ ਅੰਕਲ ਆਪ ਹੈ ਨਹੀਂ ਅੱਜ ਨਹੀਂ ਤਾਂ ਅੰਕਲ ਬੋਲ ਕੇ ਬਣਾਉਂਦੇ ਹੁੰਦੇ ਆ ਕਿਆ ਬਾਤ ਹੈ ਕਿਆ ਬਾਤ ਹੈ ਸੋ ਆਪਣਾ ਟੇਬਲ ਲੱਗ ਚੁੱਕਾ ਅਤੇ ਸ਼ਿਨੂ ਟੇਬਲ ਘੇਰ ਕੇ ਖੜ ਗਈ ਕਿ ਕੋਈ ਦੂਜਾ ਬੰਦਾ ਇੱਥੇ ਆ ਕੇ ਖੜ ਨਾ ਜਾਵੇ ਹੈ ਅਤੇ ਬਾਕੀ ਬਸ ਮੈਂ ਤੁਹਾਨੂੰ ਦਿਖਾਇਆ ਸੀ ਆਪਣੀਆਂ ਫਰੂਟ ਬੀਨਾਂ ਤਿੰਨੇ ਤਿਆਰ ਹੋ ਰਹੀਆਂ ਮੈਂ ਇਸ ਲਈ ਗਿਰ ਗਈ ਬੈਠੀ ਕਿਉਂਕਿ ਦੂਜਾ ਕੋਈ ਟੇਬਲ ਨਹੀਂ ਸੀ ਤਾਂ ਸਾਰੇ ਆਪਣੇ ਹੱਥ ਵੀ ਪਕੜ ਪਕੜ ਕੇ ਖਾ ਰਹੇ ਸੀ ਸੋ ਮਾਰਾ ਟੇਬਲ ਲੱਗਿਆ ਤਾਂ ਸਾਰੇ ਬੋਲਦੇ ਕਿ ਟੇਬਲ ਮਾਰਾ ਵੀ ਲਗਾ ਦੋ ਅੱਛਾ ਚਲੋ ਮਿੱਤਰੋ ਅਤੇ ਹੁਣ ਜਦੋਂ ਆਰਡਰ ਆਉਣਾ ਫਿਰ ਆਪਾਂ ਮਿਲਦੇ ਹਾਂ ਮੇਰਾ ਢਿੱਡ ਹੋਰ ਮੋਟਾ ਕਰਨਾ ਆਪਾਂ ਥੋੜ੍ਹਾ ਜਿਹਾ ਕਿਆ ਬਾਤ ਹੈ ਇੱਕ ਵਾਰ ਓਰੀਓ ਨਿਕਲੇਗੀ ਦਪਾਂਸ਼ੋ ਦੀ ਡਿਊਟੀ ਲਾਈ ਹੋਈ ਹੈ ਲਓ ਜੀ ਦਪਾਂਸ਼ੋ ਲੈਣ ਚਲ ਗਿਆ ਆਪਣੇ ਲਈ ਸਪਰਿੰਗ ਰੋਲ ਅਤੇ ਮੇਰੀ ਫੇਵਰੇਟ ਚੀਜ਼ ਹੈ ਜਿਹੜੀ ਮਸ਼ਰੂਮ ਡੁਪਲੈਕਸ ਜਿਹਨੂੰ ਕਹਿੰਦੇ ਮਸ਼ਰੂਮ ਡੁਪਲੈਕਸ ਜਦੋਂ ਆਣਗੇ ਤੁਹਾਨੂੰ ਰੰਗਤ ਦਿਖਾਵਾਂਗੇ ਤੁਸੀਂ ਇਹਨੂੰ ਪਹਿਲਾਂ ਖਾਧੇ ਨਾ ਇਹਦੇ ਕੋਲ ਹਾਂ ਤਿੰਨ ਤਾਂ ਦੋ ਤਿੰਨ ਵਾਰ ਲਿਆਂਦਾ ਮੈਂ ਇੱਥੇ ਖਾਣ ਨੂੰ ਅੱਛਾ ਇੱਕ ਵਾਰ ਅੱਜ ਦੂਜੀ ਵਾਰ ਓਏ ਹੋਏ 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 ਉਹ ਚੈੱਕ ਕਰ ਚੁੱਪ ਕਰ ਸੁਣ ਪਹਿਲੇ ਮੇਰੀ ਬਾਤ ਉਹ ਚੰਦ ਸਿਤਾਰੇ ਵਾਲਾ ਕਹਾਂ ਉਹ ਆਇਆ ਨਹੀਂ ਅੱਜ ਆ ਚੈੱਕ ਕਰ ਪਹਿਲਾਂ ਕਿਆ ਬਾਤ ਹੈ ਤੁਹਾਡਾ ਭਰਾ ਸਪੈਸ਼ਲ ਆਹ ਚੀਜ਼ ਕਰਕੇ ਅੱਜ ਵਲੋਗ ਬਣਾਉਣ ਆਇਆ ਆਹ ਚੀਜ਼ ਕਰਕੇ ਕਿ ਤੁਹਾਨੂੰ ਵੀ ਮੈਂ ਦੱਸ ਦੇਵਾਂ ਮਿੱਤਰੋ ਕਿ ਤੁਸੀਂ ਵੀ ਜਦੋਂ ਚੰਡੀਗੜ੍ਹ ਆਓ 34 ਸੈਕਟਰ ਆ ਖਾ ਕੇ ਜਾਇਓ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਬਸ ਜੋ ਮੈਨੂੰ ਵਧੀਆ ਲੱਗਦਾ ਮੈਂ ਤੁਹਾਡੇ ਅੱਗੇ ਸ਼ੇਅਰ ਕਰ ਦਿੰਦਾ ਹੁੰਦਾ ਅਤੇ ਆਹ ਅਤੇ ਇੱਕ ਫਰੂਟ ਬੀਅਰ ਇਹਨਾਂ ਦੀ ਤੁਸੀਂ ਪੀ ਕੇ ਜਾਣੀ ਹੈ ਠੀਕ ਆ ਅਤੇ ਬਾਕੀ ਹੁਣ ਮੈਂ ਤੁਹਾਨੂੰ ਦੇਖ ਕੇ ਖਾ ਕੇ ਦੱਸਦਾ ਕਿ ਉਹ ਵਾਲਾ ਟੇਸਟ ਹੈਗਾ ਪਹਿਲਾਂ ਵਾਲਾ ਯਾਰ ਨਹੀਂ ਚੱਕੋ
ਸੋ ਇੱਥੇ ਖਾਣਾ ਤਾਂ ਬਹੁਤ ਕੁਛ ਸੀਗਾ ਪਰ ਵਿੱਚੋਂ ਪਾਓ ਭਾਜੀ ਵੀ ਖਾਧੀ ਹੋਈ ਉਹਦੇ ਕਰਕੇ ਨਾ ਥੋੜ੍ਹਾ ਜਿਹਾ ਔਖਾ ਹੋਇਆ ਸੀ। ਆਹ ਚੈੱਕ ਕਰ, ਤੂੰ ਕਹਿੰਦਾ ਕੁਆਲਿਟੀ ਨਹੀਂ ਆਉਂਦੀ ਉਰੇ, ਆ ਚੈੱਕ ਕਰ। 15 Pro Max 13 Pro ਹੀ ਸੀ ਵੀਰੋ, ਕੀ ਹੋਇਆ? ਮਿੱਤਰੋ ਢਿੱਡ ਹੋ ਗਿਆ ਫੁੱਲ ਅਤੇ ਆਹ ਵੀ ਨਹੀਂ ਖਾਧਾ ਜਾਂਦਾ ਪਿਆ ਕਿਉਂਕਿ ਪਾਓ ਭਾਜੀ ਹੋਈ ਇੰਨੀ ਸਵਾਦ ਸੀ, ਇੰਨੀ ਰੱਜ ਕੇ ਖਾਧੀ ਹੈ ਨਾ ਪਾਓ ਭਾਜੀ, ਅਤੇ ਹੁਣ ਆਹ ਖਾਣ ਦਾ ਦਿਲ ਹੀ ਨਹੀਂ ਕਰ ਰਿਹਾ। ਅਤੇ ਬਾਕੀ ਤੁਸੀਂ ਫਿਰ ਮਾਹੌਲ ਚੈੱਕ ਕਰ ਲਓ ਚੰਡੀਗੜ੍ਹ ਦੀ ਨਾਈਟ ਲਾਈਫ ਕਿੱਦਾਂ, ਰਸ਼ ਪਿਆ ਹੋਇਆ ਸਾਰੇ ਪਾਸੇ, ਹੈ ਫੈਮਲੀਆਂ ਆਈਆਂ ਹੋਈਆਂ, ਬੈਚਲਰ ਆਏ ਹੋਏ ਆ, ਪੀ ਜੀ ਵਾਲੇ ਪੜ੍ਹਨ ਵਾਲੇ ਸਟੂਡੈਂਟ ਆਏ, ਖਾਣ ਪੀਣੇ ਚੈੱਕ ਕਰੋ, ਬਸ ਇਹਦੀਆਂ ਫੋਟੋਆਂ ਖਿੱਚ ਕੇ ਲੋਕ ਸਟ੍ਰੀਕਾਂ ਪਾਈ ਜਾਂਦੇ ਜਿੱਦਾਂ ਆਪਾਂ ਪਾਤੀਆਂ ਆ। ਅਤੇ ਬਾਈ ਹੁਣੀ ਆਏ ਸੀ ਫੋਟੋ ਕਰਾਉਣ 'ਤੇ, ਵਧੀਆ ਲੱਗਿਆ ਬਾਈ ਉਹਨਾਂ ਨਾਲ ਵੀ ਮਿਲ ਗਿਆ ਆਪਾਂ ਨੂੰ। ਖਾ ਪੀ ਆਪਾਂ ਲਿਆ ਆ ਤੇ ਹੁਣ ਸਾਡਾ ਢਿੱਡ ਆਪ ਰਿਹਾ ਪੇ ਤਿੰਨਾਂ ਜਾਣਿਆਂ ਦਾ, ਹੁਣ ਤਾਂ ਆਪਾਂ ਸੋਚਦੇ ਪਏ ਰਨਿੰਗ ਰੁਨਿੰਗ ਤੇ ਜਾਈਏ ਕਿਤੇ, ਪਾਰਕ ਪੂਰਕ ਚਲਾ ਗੱਡੀ ਸਾਈਡ ਤੇ ਭੱਜੀਏ, ਪਾਰਕ ਚ ਮਾੜੀ ਰਨਿੰਗ ਕਰੀਏ, ਵਾਕ ਕਰੀਏ। ਤੇ ਬਾਕੀ ਮਿੱਤਰੋ ਫਾਸਟ ਫੂਡ ਇੱਕਦਮ ਓਕੇ, ਇੱਕਦਮ ਓਕੇ ਰਿਪੋਰਟ ਵਾਲੀ ਚੀਜ਼ ਸੀਗੀ ਤੇ ਹੈਨਾ, ਬਸ ਆਪਣੇ ਤੋਂ ਖਾਧਾ ਤਾਂ ਨਹੀਂ ਗਿਆ ਕਿਉਂਕਿ ਆਪਾਂ ਪਾਓ ਭਾਜੀ ਬਹੁਤ ਖਾਲੀ ਸੀਗੀ, ਨੱਪ ਕੇ ਹਾਂ ਫਿਰ ਚਾਹ ਪੀ ਲਈ ਤਾਂ ਕਰਕੇ ਢਿੱਡ ਇੱਥੇ ਤੱਕ ਆਇਆ ਪਿਆ ਸੀ। ਫਿਰ ਆਪਾਂ ਮੈਂ ਕਿਹਾ ਹੁਣ ਵਲੋਗ ਬਣਾਉਣ ਨਿਕਲੇ ਹਾਂ, ਉਹ ਮੇਰੀ ਮੇਨ ਪਸੰਦ ਦੀ ਚੀਜ਼ ਆ, ਉਹ ਤਾਂ ਖਾ ਕੇ ਆਉਣੀ ਆਉਣੀ ਆ, ਭਾਵੇਂ ਦੋ ਦੋ ਚਾਰ ਚਾਰ ਪੀਸ ਖਾਧੇ ਆ ਪਰ ਆਪਾਂ ਸਵਾਦ ਆਇਆ ਆ। ਅਤੇ ਬਾਕੀ ਮਿੱਤਰੋ ਤੁਸੀਂ ਵੀ ਚੰਡੀਗੜ੍ਹ ਜੇ ਘੁੰਮਣਾ ਹੁੰਦਾ ਅਤੇ ਜੇ ਨਵੇਂ ਨਵੇਂ ਆਏ ਹੋ ਤਾਂ ਤੁਹਾਨੂੰ ਮੇਰੇ ਵਲੋਗ ਦੇ ਕੇ ਤੁਸੀਂ ਆਹ ਤਿੰਨ ਚਾਰ ਜਗ੍ਹਾ ਘੁੰਮ ਸਕਦੇ, ਘੁੰਮਣ ਨੂੰ ਆਈਟਮਾਂ ਹੋਰ ਬਹੁਤ ਆ, ਹੋਰ ਬਹੁਤ ਜਗ੍ਹਾ ਆ ਜਿਹੜੀਆਂ ਘੁੰਮਣ ਵਾਲੀਆਂ, ਮੋਹਾਲੀ ਦੀਆਂ ਚੰਡੀਗੜ੍ਹ ਦੀ ਇਹੀ ਨੇ, ਪੰਦਰਾਂ ਦੀ ਮਾਰਕੀਟ ਆ, ਇੱਕ 22 ਦੀ ਮਾਰਕੀਟ ਆ। ਜੇ ਤੁਸੀਂ ਹੋਰ ਵੀ ਮਤਲਬ ਕਿ ਚਾਈਨੀਜ਼ ਫੂਡ ਖਾਣਾ ਚਾਹੁੰਦੇ ਹੋ ਹੋਰ ਜਮਾ ਹੀ, ਫਿਰ ਤਾਂ 15 ਜਾਣਾ ਚਾਹੀਦਾ ਤੁਹਾਨੂੰ, ਮੋਮੋਸ ਥਾਪਾ ਥੁੱਪਾ ਕੀ ਹੁੰਦਾ, ਉਹਨੂੰ ਹੀ ਕਹਿੰਦੇ ਚਾਈਨੀਜ਼ ਮਾਰਕੀਟ, ਤੇ ਤੁਸੀਂ ਉੱਥੇ ਵੀ ਜਾ ਕੇ ਉਹ ਕਰ ਸਕਦੇ ਹੋ, ਫੂਡ ਖਾ ਸਕਦੇ ਹੋ। ਤੇ ਪਰ ਮੈਨੂੰ ਜਿੱਥੇ ਦਾ ਵਧੀਆ ਲੱਗਦਾ ਸੀ ਮੈਂ ਆਪਣਾ ਤੁਹਾਨੂੰ ਉਹ ਦੱਸਿਆ ਆ, ਓਪੀਨੀਅਨ ਮੈਂ ਆਪਣਾ ਓਪੀਨੀਅਨ ਤੁਹਾਨੂੰ ਦਿੱਤਾ ਆ, ਤਾਂ ਕਰਕੇ ਤੜਾ ਕਹਿੰਦਾ ਓਪੀਨੀਅਨ ਕਹਿ। ਆਹ ਮਿੱਤਰੋ ਸਾਰੀ ਮਾਰਕੀਟ ਆ ਚੈੱਕ ਕਰ ਲਓ, ਰਾਤ ਦਾ ਵਿਊ ਆ, 10 ਵਜ ਗਿਆ ਹੁਣ ਤਾਂ, ਬੰਦ ਕਰੋ ਬਾਬੇ ਓ ਟਾਈਮ ਹੋ ਗਿਆ ਬਹੁਤ। ਇਹ ਘੰਗੋਤਰਾ ਜੀ ਦੀ ਮਾਰਕੀਟ ਆ ਸਾਲਿਆ, ਬਾਬਾ ਘੰਗੋਤਰਾ ਜੀ ਦੀ ਘੰਗੋਤਰਾ ਜੀ ਦੀ ਹੁੰਦੀ ਤੇ ਐ ਚੁਟਕੀ ਮਾਰਨੀ ਸਾਰੀਆਂ ਬੰਦ। ਅੰਕੋ ਜਲੰਧਰ ਦੀ ਮਾਰਕੀਟ ਆ ਇਹ, ਨਹੀਂ ਜਲੰਧਰ ਦੀ ਆ ਵੀ ਰਾਤ ਨੂੰ ਖੁੱਲੀਆਂ ਹੀ ਹੁੰਦੀਆਂ। ਸੋ ਮਿੱਤਰੋ ਹੁਣ ਆਪਾਂ ਚੱਲੀਏ ਸ਼ੀਨੂ ਨੂੰ ਲਾਈਏ ਘਰੇ ਤੇ ਫਿਰ ਵਲੌਗ ਵੀ ਕਰੀਏ ਖਤਮ, ਤੇ ਫਿਰ ਮਿਲਦੇ ਆ ਕੋਈ ਨੈਕਸਟ ਵਲੌਗ ਚ। ਤੇ ਬਾਕੀ ਵਲੌਗ ਕਿਵੇਂ ਦਾ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ, ਲਵ ਯੂ।